ਸਨਮਾਨ ਜੋ ਸਤਿਗੁਰਾਂ ਦੀ ਸਾਡੀ ਵੱਲੋਂ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਰਸ ਸਤਿਗੁਰਾਂ ਦੀ ਰਹਿਮਤ ਗੁਰੂ ਸਾਹਿਬ ਦੀ ਕਿਰਪਾ ਸਾਡੇ ਸਾਰਿਆਂ ਦੇ ਉੱਪਰ ਬਰਸੀ ਹੈ। ਦੋ ਦਿਨ ਦਾ ਸਮਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਵਿੱਚ ਬੈਠਣ ਦਾ ਬਖਸ਼ਿਸ਼ ਕੀਤਾ। ਆਓ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਵਿਚਾਰ ਤੋਂ ਪਹਿਲਾਂ, ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਤੋਂ ਪਹਿਲਾਂ ਰਲ ਮਿਲ ਕੇ ਸਾਰੇ ਜਾਣੇ ਫਤਿਹ ਦੀ ਸਾਂਝ ਪਾਉਣ ਦਾ ਯਤਨ ਕਰੀਏ। ਕੋਈ ਵੀ ਰਸਨਾ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ। ਸਾਰੀ ਸੰਗਤ ਬੜੇ ਆਦਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਗਰੀਬ ਨਵਾਜ ਸਤਿਗੁਰੂ ਦੋ ਜਹਾਨ ਦੇ ਵਰਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਟਿਕਾਓ। ਬੜੇ ਆਦਮ ਦੇ ਨਾਲ ਉਹਨਾਂ ਨੇ ਹੱਥ ਤੋੜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਬੜੀ ਚੜ੍ਹਦੀ ਕਲਾ ਨਾਲ ਸਤਿਗੁਰਾਂ ਦੇ ਦਰ ਕਰਦੀਆਂ ਵਡਿਆਈਆਂ ਕਰ ਸਕੀਏ ਤੇ ਮੇਰੀ ਬੇਨਤੀ ਇਹ ਹੈ ਹੁਣ ਵੀ ਇੱਕ ਤਾਂ ਜਿੰਨੀ ਸੰਗਤ ਤੁਸੀਂ ਆਏ ਬੈਠੇ ਹੋ ਜੀ ਆਇਆਂ ਨੂੰ, ਜ਼ਰੂਰੀ ਨਹੀਂ ਕਿ ਸਾਰਾ ਪਿੰਡ ਆਏਗਾ ਫਿਰ ਹੀ ਦੁਆਨ ਲੱਗੇਗਾ, ਪਰ ਤੁਹਾਡੇ ਬੈਠਣ ਦਾ ਤਰੀਕਾ ਬਹੁਤ ਗਲਤ ਹੈ। ਕੱਲ੍ਹ ਵੀ ਮੇਰਾ ਦੁਆਨ ਵਿੱਚ ਇਸੇ ਕਰਕੇ ਮਨ ਨਹੀਂ ਲੱਗਾ। ਮੈਂ ਸਾਰਾ ਦੁਆਨ ਅੱਖਾਂ ਬੰਦ ਕਰਕੇ ਬਸ ਟਾਈਮ ਪੂਰਾ ਕੀਤਾ ਤੇ ਜਦੋਂ ਪਹਿਲੇ ਦਿਨ ਤਾਂ ਸੰਗਤ ਦਾ ਪਤਾ ਹੀ ਲੱਗਦਾ ਵੀ ਕਿੱਦਾਂ ਦੀ ਸੰਗਤ ਹੈ। ਇਸ ਕਰਕੇ ਬੇਨਤੀ ਮੇਰੀ ਮੰਨ ਲਓ, ਜਿੰਨੇ ਤੁਸੀਂ ਬੈਠੇ ਹੋ ਸਵਾ ਕਰੋ ਸਾਢੇ ਨੌ ਆਪਾਂ ਸਮਾਪਤੀ ਕਰਦੇ ਜੀ। ਵੇਖੋ ਤੁਹਾਡਾ ਕਿੰਨਾ ਵੱਡਾ ਹਾਲ ਹੈ, ਉਹਦੇ ਵਿੱਚ ਵੀ ਜੇ ਇੰਨੇ ਜਿਹੜੇ ਜੀ ਆਏ ਨੇ ਖਿੰਦਰ ਕੇ ਬੈਠੇ ਹੋਣ ਤੇ ਚੰਗਾ ਹੀ ਲੱਗਦਾ। ਜੇ ਹੁਣ ਵੇਖੋ ਬੁਲਾਰਾ ਬੋਲੇਗਾ ਤੇ ਬੁਲਾਰਾ ਸਾਹਮਣੇ ਸੰਗਤ ਹੋਵੇਗੀ ਤਾਂ ਬੋਲੇਗਾ ਨਾ। ਜੇ ਸੰਗਤ ਸਾਹਮਣੇ ਆ ਨਹੀਂ ਤਾਂ ਸੁਣਾਉਣਾ ਕਿਹਨੂੰ ਹੈ? ਜਿਹੜੇ ਤੁਸੀਂ ਆਏ ਹੋ ਖਿੰਦਰ ਕੇ ਬੈਠੇ ਹੋ ਸਾਰੇ, ਮੇਰੀ ਬੇਨਤੀ ਮੰਨੋ ਇੱਥੇ ਸਾਹਮਣੇ ਆ ਕੇ ਬੈਠੋ ਨਹੀਂ ਖਿੰਦਰ। ਜੇ ਸਰੀਰ ਨੂੰ ਕੋਈ ਪ੍ਰੋਬਲਮ ਨਹੀਂ ਨਾ ਹੈ ਠੀਕ ਹੋ ਤੁਸੀਂ, ਜੇ ਪ੍ਰੋਬਲਮ ਵੱਖਰੀ ਗੱਲ ਹੈ ਤੇ ਇੱਥੇ ਸਾਹਮਣੇ ਆ ਲਓ ਮੇਰੇ ਇਕੱਠੇ ਹੋ ਕੇ ਵੇਖੋ ਤੇ ਮੈਂ ਵੀ ਤਾਂ ਹੀ ਵਿਵਾਦ ਪਾਵਾਂਗਾ ਘੱਟ ਘੱਟ। ਜਦੋਂ ਗੁਰਦੁਆਰਾ ਸਾਹਿਬ ਆਈਏ ਕਦੇ ਵੀ ਟੋਲ ਤੋਲ ਸੁਣਾਓ। ਇਹ ਸਮਾਗਮ ਦੁਆਨ ਇਸ ਕਰਕੇ ਨਹੀਂ ਹੁੰਦੇ ਕਿ ਫੋਰਮੈਲਟੀਆਂ ਕਰ ਰਹੇ ਹਾਂ ਆਪਾਂ ਵੀ ਜਦੋਂ ਦੁਆਨ ਦਵਾਲੋ ਵੀ ਕੀਰਤਨ ਸੁਣਿਆ ਨਾ ਵੀ ਘੜੀ ਨਹੀਂ, ਗੁਰਦੁਆਰੇ ਕੁਛ ਨਾ ਕੁਛ ਸਿੱਖਣ ਵਾਸਤੇ ਆਏ। ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਨਾ ਸਤਿਗੁਰਾਂ ਦੇ, ਅਸੀਂ ਸਿੱਖ ਹਾਂ ਮਾਰੇ ਤੇ। ਤੇ ਹੁਣ ਮੇਰੇ ਵਰਗੇ ਕਈ ਕਈ ਸੋਚੀ ਜਾਂਦੇ ਰਹਿੰਦੇ ਆ ਵੀ ਮੇਰੀ ਕੌਮ ਬਹੁਤ ਹੋਈ ਹੈ, ਮੈਂ ਥੋੜ੍ਹਾ ਬਾਬੇ ਦੀ ਗੱਲ ਮੰਨਦਾ ਚੰਗਾ ਲੱਗਦਾ ਵੀ ਮੈਂ ਇੱਥੇ ਬਹਿ ਗਿਆ ਮੈਂ ਨਹੀਂ ਉੱਠਣਾ ਤੇ ਸਿੱਖ ਥੋੜ੍ਹਾ ਮੈਨੂੰ। ਸਿੱਖ ਤੇ ਉਹ ਹੈ ਜਿਹੜਾ ਹਰ ਸਾਹ ਪੜ ਸਿੱਖੇ। ਤੇਰੀ ਜ਼ਿੰਦਗੀ ਦਾ ਆਖਰੀ ਸਾਹ ਤੇਰੇ ਪਤੇ ਰਹਿ ਗਿਆ, ਖਤਮ ਹੋਣ ਵਾਲੀ ਕਹਾਣੀ ਹੈ। ਆਖਰੀ ਸਾਹ ਵਿੱਚ ਵੀ ਜਿਹੜਾ ਸਿੱਖ ਦੋਵੇ ਉਹਨੂੰ ਸਿੱਖ ਕਹਿੰਦੇ ਆ। ਹੋਰ ਸਿੱਖ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨੇ ਸਿਰ ਤੇ ਪੱਗ ਬੰਨ੍ਹੀ ਕੇ ਗੱਤਰਾ ਪਾਇਆ ਹੋਇਆ ਗੁਰਦੁਆਰੇ ਆਉਂਦਾ, ਉਹੀ ਸਿੱਖ ਹੈ। ਹਰ ਉਹ ਬੰਦਾ ਸਿੱਖ ਹੈ ਜਿਹੜਾ ਸਿੱਖਣ ਦਾ ਚਾਹਵਾਨ ਆਖਰੀ ਸਾਹ ਤੱਕ ਹੋਵੇ। ਜਦੋਂ ਵੀ ਗੁਰਦੁਆਰੇ ਆਏ ਇਕਾਗਰਤਾ ਦੇ
ਤੁਹਾਡੇ ਘਰੇ ਪ੍ਰਾਹੁਣੇ ਆਉਂਦੇ ਨਾ ਸਾਰਿਆਂ ਦੇ, ਤੁਹਾਡੇ ਵੀ ਆਉਂਦੇ ਸਾਡੇ ਵੀ ਆਉਂਦੇ। ਹੁਣ ਤੁਹਾਡੇ ਘਰੇ ਕੋਈ ਪ੍ਰਾਹੁਣਾ ਚੱਲ ਗਿਆ ਵੇ, ਤੁਸੀਂ ਉਹਨੂੰ ਸੋਫੇ ਤੇ ਬਿਠਾ ਦਿਓ, ਉਹਨੂੰ ਸੋਫੇ ਤੇ ਬਿਠਾ ਕੇ ਆਪ ਆਪਣੇ ਬੈਡਰੂਮ ਚ ਵੜ ਜਾਓ। ਜਦੋਂ ਮੋਦੀ ਜਾ ਮਿਲਦਾ ਉਹ ਮੁੜ ਕੇ ਥੋੜੋ ਆਏਗਾ ਕਦੇ ਵੀ, ਉਹ ਕਹੇਗਾ ਹੱਲ ਹੋ ਗਈ ਮੈਨੂੰ ਘਰ ਸੱਦਿਆ, ਸੱਦ ਕੇ ਮੈਨੂੰ ਬਿਠਾ ਕੇ ਚੱਲ ਗਾੜੀ ਪਿਆ ਕੇ ਮੁੜ ਕੇ ਆਪੋ ਆਪਣੇ ਕਮਰਿਆਂ ਚ ਵੜ ਗਏ ਤੁਸੀਂ, ਤੇ ਮੈਨੂੰ ਕਾਹਦੇ ਵਾਸਤੇ ਸੱਦਿਆ ਸੀ। ਹੁਣ ਉਹੀ ਗੱਲ ਕੋਈ ਇੱਥੇ ਦਾਉ ਜਥਾ ਸੱਦਿਆ ਹੈ ਕੀਰਤਨ ਵਾਸਤੇ, ਜਥਾ ਆ ਗਿਆ ਲੱਗ ਗਿਆ ਹੈ, ਤੁਸੀਂ ਕੀਰਤਨ ਸ਼ੁਰੂਆਤ ਕਰ ਕੇ ਕੋਈ ਪਿੱਛੇ ਬਹਿ ਗਿਆ, ਕੋਈ ਖੂੰਜੇ ਬਹਿ ਗਿਆ, ਕੋਈ ਉੱਧਰ ਬਹਿ ਗਿਆ, ਕੋਈ ਸੁਣਾਉਣਾ ਕੀ ਤੁਹਾਨੂੰ ਮਿਲਦੇ, ਤੁਹਾਨੂੰ ਸੁਣਾਉਣ ਵਾਸਤੇ ਤੇ ਆਏ ਹਾਂ ਆਪਾਂ ਸਾਰੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਗੁਰਦੁਆਰੇ ਆਉਂਦਾ ਹੈ ਸਦਾ ਜਦੋਂ ਖਾਲੀ ਥਾਂ ਸਾਨੂੰ ਲੱਭ ਲੱਗੇ ਨੇ ਬੈਠਣ ਵਾਸਤੇ, ਤੇ ਕੋਸ਼ਿਸ਼ ਕਰੋ ਵੀ ਇੱਕ ਤਾਂ ਜਿਹੜਾ ਜਥਾ ਲੱਗਾ ਹੈ ਉਹਦੇ ਸਾਹਮਣੇ ਬੈਠਿਆ ਜਾਵੇ, ਤੇ ਦੂਜਾ ਉੱਥੇ ਬੈਠਿਆ ਜਾਵੇ ਜਿੱਥੇ ਸਤਿਗੁਰਾਂ ਦੀ ਨਿਗਾਹ ਸਿੱਧੀ ਤੁਹਾਡੇ ਤੇ ਪੈਂਦੀ ਹੈ। ਆਹ ਗੱਲ ਬੋਲਣਾ ਸੁਣਿਓ, ਇੱਕ ਤਾਂ ਉੱਥੇ ਬੈਠੋ ਵੀ ਜਿੱਥੇ ਬੁਲਾਰਾ ਤੁਹਾਨੂੰ ਦੇਖ ਸਕੇ, ਤੁਸੀਂ ਬੁਲਾਰੇ ਨੂੰ ਦੇਖ ਸਕੋ, ਤੇ ਦੂਜੀ ਗੱਲ ਉੱਥੇ ਬੈਠੋ ਜਿੱਥੇ ਤੁਸੀਂ ਸਤਿਗੁਰਾਂ ਨੂੰ ਦੇਖ ਸਕੋ ਤੇ ਸਤਿਗੁਰੂ ਤੁਹਾਨੂੰ ਦੇਖ ਸਕਣ। ਬੜੀ ਜਾਣੇ ਆਪਾਂ ਸਦਾ ਹੀ ਆ ਪੰਕਤੀਆਂ ਕਿਸੇ ਭੁਲੇ ਭੁਲੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਪੜ੍ਹੀ ਜਾਂਦੇ ਹਾਂ ਔਰ ਗੁਰੂ ਦੀ ਨਜ਼ਰ ਲੈਣ ਵਾਸਤੇ ਗੁਰੂ ਦੇ ਮੂਹਰੇ ਵੀ ਹੋਣਾ ਪਏਗਾ ਨਾ। ਸਤਿਗੁਰਾਂ ਦੀ ਤੇ ਐਡੀ ਵੱਡੀ ਕਿਰਪਾ ਹੈ, ਜਿਹਦੇ ਤੇ ਸਤਿਗੁਰੂ ਨਿਗਾਹ ਭਰ ਕੇ ਤੱਕ ਲੈਣ ਨਾ ਇੱਕ ਵਾਰੀ, ਉਹਦੇ ਕਈ ਕਈ ਜਨਮਾਂ ਦੇ ਕਲੰਕ ਤੋੜ ਕੱਟੇ ਜਾਂਦੇ ਨੇ, ਅੱਗਾ ਸੌਰ ਜਾਂਦਾ ਹੈ, ਪਰ ਜਿਹੜਾ ਹੁਣ ਗੁਰੂ ਦੀ ਨਿਗਾਹ ਤੋਂ ਪਾਸੇ ਹੋ ਕੇ ਦੁਰ ਕੇ ਬੈਠਦੇ ਨੇ, ਬਹੁਤ ਥਾਵਾਂ ਤੇ ਦੇਖਿਆ ਕਈ ਇਹੋ ਜਿਹੇ ਹੋਣਗੇ, ਉਹ ਬਿਲਕੁਲ ਖੂੰਜੇ ਜਾ ਕੇ ਲੁਕ ਕੇ ਬੈਠਣਗੇ ਵੀ ਮੋਹਰੇ ਬੈਠਦੇ ਆ ਕਿਹੜਾ ਸਾਨੂੰ ਸੱਟ ਲੱਗਦੀ ਹੈ, ਜਾਂ ਇੱਥੇ ਕੋਈ ਪਾੜਾ ਹੋਣਾ ਹੈ, ਸਜੇ ਪਾਤਸ਼ਾਹ ਬਾਹਰੇ ਦੇ ਦਰਸ਼ਨ ਖੁੱਲੇ ਸਾਨੂੰ ਹੋਣੇ ਹੈ, ਸੰਗਤਾਂ ਦੇ ਦਰਸ਼ਨ ਹੋਣੇ, ਸਾਡੀ ਅੱਖਾਂ ਪਵਿੱਤਰ ਹੋ ਜਾਣਗੀ, ਸਮਾਂ ਪਵਿੱਤਰ ਹੋ ਜਾਏਗਾ। ਇਸ ਕਰਕੇ ਜਦੋਂ ਵੀ ਆਈਏ ਨਾ ਕਦੇ ਗੁਰਦੁਆਰੇ ਤੇ ਕੋਸ਼ਿਸ਼ ਕਰੋ, ਥਾਂ ਨਾ ਹੋਵੇ ਵੱਖਰੀ ਗੱਲ ਹੈ, ਪਰ ਜੇ ਥਾਂ ਖੁੱਲਾ ਹੈਗਾ ਫਿਰ ਬੁਲਾਰੇ ਦੇ ਸਾਹਮਣੇ ਬੈਠ ਕੇ ਉਹਨੂੰ ਸੁਣਨ ਦਾ ਥੋੜ੍ਹਾ ਜਿਹਾ ਇਹ ਜ਼ਰੂਰ ਆਪ ਸੰਗਤ ਖਿਆਲ ਰੱਖਿਆ ਕਰੂਗੀ। ਆਓ ਸੰਗਤ ਹਜੇ ਆਉਂਦੀ ਹੈ ਹੌਲੀ ਹੌਲੀ, ਇਸ ਕਰਕੇ ਰਲ ਮਿਲ ਕੇ ਕਹਾਣੀਆਂ ਪੜ੍ਹ ਲਓ, ਨਾਲ ਹੀ ਨਾਲ ਆਪਾਂ ਕੇ ਸਤਿਗੁਰਾਂ ਦੇ ਦਰ ਕਰ ਲਈਆਂ ਵਿਚਾਰਾਂ ਆਰੰਭ ਕਰਾਂਗੇ। ਕੱਲ੍ਹ ਵੀ ਸੰਗਤ ਨੇ ਬਹੁਤ ਆਖਾ ਲਿਆ, ਜਦੋਂ ਜਿੰਨੇ ਵੀ ਆਏ ਅੱਜ ਦੂਸਰੇ ਦਿਨ ਦਾ ਆਖਰੀ ਕਮਾਨ ਹੈ, ਤੇ ਇਹਦੇ ਵਿੱਚ ਵੀ ਆਪ ਸਾਰੀ ਸੰਗਤ ਕੋਸ਼ਿਸ਼ ਕਰੋ ਭਾਈ ਸਮੇਂ ਨਾਲ, ਮੈਂ ਬੇਨਤੀ ਕੀਤੀ ਸੀ ਕੱਲ੍ਹ ਕੇ ਸਮੇਂ ਨਾਲ ਪਹੁੰਚ ਜਾਇਓ, ਪਰ ਜਦੋਂ ਫਿਰ ਵੀ ਸੰਗਤ ਸਾਥ ਸੁਣ ਕੇ ਕੀਰਤਨ ਸੁਣਦੇ ਭਾਵੇਂ ਘੱਟੀ ਹੈ ਵੀ ਜਦੋਂ ਬਾਬੇ ਜਿਉਂਦੀ ਕਰਾਉਣ ਦੱਸਦੇ ਉਦੋਂ ਚੱਲਾਂਗੇ। ਅਸੀਂ ਵੀ ਆਈ ਪੀ ਲਈ ਮੈਂ ਕੋਈ ਆਪ ਸਿਆਣੇ ਹੋ, ਤੁਸੀਂ ਵੀ ਆਈ ਪੀ ਏਦਾਂ ਹੋਏ ਆ ਵੀ ਜੇ ਮੈਂ ਪਹਿਲਾਂ ਜਾ ਕੇ ਬਹਿ ਗਿਆ ਤੁਸੀਂ ਕਹਿਣਗੇ ਫਿਰ ਭਾਵੇਂ ਤਾਂ ਸਮੇਂ ਨੇ ਬਹਿ ਗਿਆ ਆ ਗਿਆ ਵੀ ਮੈਂ ਉਦੋਂ ਜਾਊਂਗਾ ਜਦੋਂ ਸਾਰੇ ਬੈਠੇ ਹੋਏ ਟੌਰ ਬਣੂ ਮੇਰੀ ਕਿ ਫਲਾਨਾ ਸਿੰਘ ਆਇਆ, ਸਾਰਿਆਂ ਨੂੰ ਪਤਾ ਲੱਗ ਜਾਏ। ਚਲੋ ਗੁਰੂ ਸਾਹਿਬ ਕਿਰਪਾ ਕਰ, ਆਓ ਲਗਾ ਬਣਾਓ ਤੇ ਧਾਰਨਾ ਗੱਜ ਕੇ ਪੂਰਾ ਬਣੋ। ਮਨਾ ਚੁੱਪੀਆਂ ਮਾਰ ਕੇ ਕਿਹੜੇ
ਤੁਸੀਂ ਨੋਟ ਕਰਕੇ ਵੇਖੋ, ਕਦੇ ਵੱਡੇ ਗੁਰਦੁਆਰਿਆਂ ਨੂੰ ਜਾਂ ਆਪਾਂ ਜਾਂਦੇ ਹਾਂ ਨਾ, ਕੋਸ਼ਿਸ਼ ਕਰਕੇ ਥੋੜ੍ਹਾ ਧਿਆਨ ਦੇ ਕੇ ਦੇਖਿਆ ਕਰੋ ਕਿ ਸਾਡੇ ਵੱਡੇ ਗੁਰਦੁਆਰਿਆਂ ਵਿੱਚ, ਸਾਡੇ ਧਾਰਮਿਕ ਸਥਾਨਾਂ 'ਤੇ ਸਰੋਵਰ ਜ਼ਰੂਰ ਹੁੰਦਾ ਹੈ। ਉਹ ਕਾਹਦੇ ਵਾਸਤੇ ਬਣਾਇਆ ਬਾਅਦ ਜੇ ਪਤਾ, ਸਰੋਵਰ ਕੋਈ ਸੁਨੇਹਾ ਦੇ ਰਿਹਾ ਸਾਨੂੰ ਸਾਰਿਆਂ। ਇਹ ਪਤਲੇ ਪੱਤਿਆਂ ਬਈ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਤਰ੍ਹਾਂ ਦੇ ਇਸ਼ਨਾਨ ਨੇ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਤਰ੍ਹਾਂ ਦਾ ਪ੍ਰਸ਼ਾਦ ਹੈ। ਇੱਕ ਇਸ਼ਨਾਨ ਤੁਸੀਂ ਸਰੋਵਰ ਦੇ ਵਿੱਚ ਬਾਹਰ ਕਰਦੇ ਹੋ, ਉਹ ਸਰੀਰ ਦਾ ਇਸ਼ਨਾਨ ਹੈ। ਇੱਕ ਇਸ਼ਨਾਨ ਸੰਗਤ ਦੇ ਵਿੱਚ ਬਹਿ ਕੇ ਹੁੰਦਾ ਹੈ। ਹੁਣ ਆ ਪੰਕਤੀ ਤੁਹਾਨੂੰ ਯਾਦ ਹੋਣੀ ਹੈ, ਆਪਾਂ ਪੜ੍ਹਦੇ ਹੁੰਦੇ ਹਾਂ, ਕਰ ਇਸ਼ਨਾਨ ਸਿਮਰ ਪ੍ਰਭ ਦਾ ਮਨ ਤਨ। ਤੁਸੀਂ ਹੈਰਾਨ ਮਨ ਦਾ ਇਸ਼ਨਾਨ ਸਰੋਵਰ ਦੇ ਵਿੱਚ ਥੋੜਾ ਹੁੰਦਾ ਹੈ। ਹੁਣ ਇਹ ਪੰਕਤੀ ਦਾ ਸਹੀ ਅਰਥ ਇਹ ਹੈ ਬਈ, ਇੱਕ ਇਸ਼ਨਾਨ ਸਰੋਵਰ ਦੇ ਵਿੱਚ ਬਾਹਰ ਕੀਤਾ, ਤੇਰਾ ਸਰੀਰ ਸੁਚਾ ਹੋ ਗਿਆ, ਪਵਿੱਤਰ ਹੋ ਗਿਆ, ਤੇ ਇੱਕ ਇਸ਼ਨਾਨ ਗੁਰੂ ਦੀ ਬਾਣੀ ਲਾ ਕੇ ਕੀਤਾ, ਫਿਰ ਤੇਰਾ ਮਨ ਅਰੋਗ ਹੋ ਗਿਆ। ਜੋ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਦਾ ਬਪਣਾ ਮਨ ਤਨ ਭਏ ਰੋਗੇ ਅਰੋਗ ਹੋ ਗਏ, ਭਏ ਰੋਗਾ ਰੋਗ ਖਤਮ ਹੋ ਜਾਂਦੇ। ਤੇ ਜਿਹਨਾਂ ਨੇ ਨਾਮ ਦੇ ਵਿੱਚ ਇਸ਼ਨਾਨ ਕਰਦੇ ਆ, ਜਿਹਨਾਂ ਦੀ ਨਾਮ ਤਾਂ ਦਿਲ ਲੱਗ ਗਏ ਖਾਲਸਾ ਜੀ, ਸੱਚੇ ਪਾਤਸ਼ਾਹ ਫਿਰ ਇਹੋ ਜਿਹੀ ਬਰਕਤ ਉਹਨਾਂ ਨੂੰ ਦਿੰਦੇ ਨੇ। ਉਹ ਫਿਰ ਤੱਤੀ ਤਵੀ ਤੇ ਬਹਿ ਕੇ ਸੜਦੀ ਬਣਦੀ ਰੇਤਾ ਸਿਰ ਵਿੱਚ ਪਵਾ ਕੇ ਦੇਗ ਵਿੱਚ ਉਬਾੜੇ ਖਾ ਕੇ ਵੀ ਤੱਤੇ ਨਹੀਂ ਕਰੇ। ਮਹਾਰੇ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਗੌਰ ਨਾਲ ਸੁਣਿਓ, ਕਿਸੇ ਬੰਦੇ ਕੋਲ ਇੰਨੇ ਸੁੱਖ ਹੋਣ, ਆਰਾਮ ਕਰਨ ਵਾਸਤੇ ਸੋਹਣਾ ਤੇਰੇ ਘਰੇ ਬੈਠ ਲੱਗਾ ਹੋਇਆ, ਸੁੰਦਰ ਸੇਜ ਅਨੇਕ ਸੁੱਖ ਤੁਹਾਡੇ ਕੋਲ, ਮੇਰੇ ਕੋਲ ਗਿਣਤੀ ਦੇ 2 ਜਾਂ 10 ਸੁੱਖ ਹੋ ਸਕਦੇ ਨੇ, ਪਰ ਸਤਿਗੁਰੂ ਕਹਿੰਦੇ ਕਿਸੇ ਕੋਲ ਅਨੇਕਾਂ ਸੁੱਖ ਹੋਣ, ਗਿਣਤੀ ਕੋਈ ਨਾ ਹੋਵੇ ਉਹਨਾਂ ਦੀ, ਰਸ ਭੋਗਣ ਪੂਰੇ। ਕੋਈ ਬੰਦਾ ਸੰਸਾਰ ਦੇ ਸਾਰੇ ਰਸ ਮਾਣ ਲੈਂਦਾ ਹੋਵੇ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾ ਹੀ ਸੁਣੇ, ਜੋ ਉਹਦੇ ਮਨ ਵਿੱਚ ਆਉਂਦਾ ਵੀ ਆਹ ਸੁੱਖ ਮੈਂ ਲੈਣਾ ਹੈ, ਉਹ ਉਦੋਂ ਹੀ ਲੈ ਆਉਂਦਾ ਹੈ। ਸਮਰੱਥਾ ਇਹਨੇ ਦਿੱਤੀ ਹੋਈ ਹੈ, ਗ੍ਰਹਿ ਸੋਏ ਨੂੰ ਚੰਦਨ ਸੁਗੰਧ ਲਾਏ ਮੋਤੀ ਜੀ ਦੇ, ਉਹਦਾ ਘਰ ਸੋਨੇ ਦਾ ਬਣਿਆ ਹੋਵੇ, ਉਹਦੇ ਘਰ ਦੇ ਦਰਵਾਜ਼ਿਆਂ ਦੇ ਬਾਹਰ ਕੱਟੀਆਂ ਦੇ ਬਾਹਰ ਪਰਦਿਆਂ ਦੇ ਥਾਂ ਤੇ ਹੀਰੇ ਮੋਤੀਆਂ ਦੀਆਂ ਲੜੀਆਂ ਬਣ ਪੜੀਆਂ ਹੋਣ,
ਛੋਟੀ ਹੋਵੇ, ਯਾਦ ਰੱਖਿਓ ਉਹ ਸੰਸਾਰ ਦਾ ਸਭ ਤੋਂ ਵੱਡਾ ਸੁੱਖ ਜਿਹੜਾ ਹੈ ਮਾਣਦੇ ਹੀ ਹੋਣਗੇ ਜਿਹਨਾਂ ਨੇ ਪਰਮੇਸ਼ਰ ਦੀ ਬੰਦਗੀ ਨਾਲ ਕੇ ਦੇ ਦਿੱਤੀ। ਤੁਸੀਂ ਕੱਲ ਸਾਰਿਆਂ ਨੇ ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦਾ ਪ੍ਰਸੰਗ ਸੁਣਿਆ, ਆਪਾਂ ਸਾਰਿਆਂ ਨੇ ਕਿ ਸੱਜੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਮਹਾਰਾਜ ਪਰਮੇਸ਼ਰ ਦੇ ਭਾਣੇ ਖੋਜ ਰਹੇ, ਰੱਬ ਦੀ ਰਜ਼ਾ ਵਿੱਚ ਖੋਜ ਰਹੇ, ਮਹਾਰਾਜ ਨੇ ਕਿਸੇ ਤਰ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਤੱਤੀ ਤਵੀ ਤੇ ਬਿਠਾਉਣ ਵਾਲਿਆਂ। ਮੈਂ ਕਈ ਵਾਰੀ ਦੁਆਨਾਂ ਨੂੰ ਬੇਨਤੀ ਕਰਦਾ ਹੁੰਦਾ ਹੈ, ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਸਾਡੇ ਉਹ ਸਤਿਗੁਰੂ ਨੇ ਜਿਹਨਾਂ ਦੇ ਬਚਪਨ ਤੋਂ ਲੈ ਕੇ ਸ਼ਹੀਦ ਹੋਣ ਤੱਕ ਸੰਸਾਰ ਨੇ ਜ਼ੋਰ ਲਾ ਕੇ ਦੇਖ ਲਿਆ ਵੀ ਇਹਨੂੰ ਟਪਾਉਣਾ ਹੈ ਕਿਸੇ ਤਰੀਕੇ ਨਾਲ ਟਪਾਈਏ। ਸਾਡਾ ਭਰਾ ਵੱਡਾ ਪ੍ਰਿਥੀ ਚੰਦ ਉਹ ਟਪਾਉਂਦਾ ਰਿਹਾ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਭਰਜਾਈ ਕਰਮੋਂ ਉਹ ਟਪਾਉਂਦੀ ਰਹੀ। ਗੁਰੂ ਹਰਗੋਬਿੰਦ ਸਾਹਿਬ ਨੂੰ ਤਿੰਨ ਵਾਰੀ ਮਾਰਨ ਦਾ ਯਤਨ ਕੀਤਾ, 8 ਸਾਲ ਪਿੱਛੋਂ ਗੁਰੂ ਅਰਜਨ ਸਾਹਿਬ ਦੇ ਘਰੇ ਸਾਹਿਬਜ਼ਾਦੇ ਨੇ ਜਨਮ ਲਿਆ ਤੇ ਉਸੇ ਸਾਹਿਬਜ਼ਾਦੇ ਦਾ ਤਾਇਆ ਬਾਬਾ ਪ੍ਰਿਥੀ ਚੰਦ ਉਹ ਕੋਸ਼ਿਸ਼ ਕਰਦਾ ਵੀ ਮੈਂ ਬੱਚੇ ਨੂੰ ਮਾਰ ਦਿਆਂ ਕਿਸੇ ਤਰੀਕੇ ਨਾਲ। ਬੜਾ ਜ਼ੋਰ ਲਾਇਆ ਗੁਰੂ ਅਰਜਨ ਸਾਹਿਬ ਨੂੰ ਟਪਾਉਣ ਦਾ, ਸੰਸਾਰ ਨੇ ਜ਼ੋਰ ਲਾਇਆ, ਸਕੇ ਸੰਬੰਧਕਾਂ ਨੇ ਜ਼ੋਰ ਲਾਇਆ, ਸਮੇਂ ਦੀ ਸਰਕਾਰ ਨੇ, ਸਮੇਂ ਦੇ ਅਹੁਦੇਦਾਰਾਂ ਨੇ ਜ਼ੋਰ ਲਾਇਆ। ਸੱਜੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਗਰਮ ਦੇ ਤਾਸੀਸ ਵਿੱਚ ਪਾ ਕੇ ਉਬੜਦੇ ਦੇਗ ਵਿੱਚ ਉਬਾਲ ਕੇ ਜ਼ੋਰ ਲਾ ਕੇ ਦੇਖ ਲਿਆ, ਪਰ ਧੰਨ ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਸਨ ਸਤਿਗੁਰੂ। ਸੱਜੇ ਪਾਤਸ਼ਾਹ ਐਹੋ ਜਿਹੀ ਮਨ ਦੀ ਅੱਗ ਦੇ ਵਿੱਚ ਰਹਿੰਦੇ ਹੋਏ ਵੀ ਠੰਡੇ ਰਹੇ। ਮੈਂ ਪਿਛਲੇ ਦੌਰਾਨ ਮੈਂ ਬੇਨਤੀ ਕੀਤੀ ਸਾਡਾ ਪ੍ਰਧਾਨ ਪਿੱਛੇ ਜਿਹਾ ਕੋਈ ਬੋਲਿਆ ਹੈ, ਆਪੋ ਆਪਣੀ ਮੰਗ ਹੁੰਦੀ ਹੈ ਸਾਰੇ। ਉਹ ਕਹਿੰਦਾ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਰੱਬ ਕਹਿੰਦੇ ਹੋ, ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਭਾਨ ਵਸਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਉਹ ਕਹਿੰਦਾ ਜੇ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਰੱਬ ਕਹਿੰਦੇ ਹੋ ਤੇ ਤੁਹਾਡੇ ਰੱਬ ਨੇ ਤਰਤੀ ਤਵੀ ਠੰਡੀ ਕਿਉਂ ਨਹੀਂ ਕੀਤੀ? ਕਹਿੰਦਾ ਸਾਡਾ ਸਿੱਖ ਪ੍ਰਚਾਰ ਕਹਿ ਰਿਹਾ ਨੇ, ਉਹ ਕਹਿੰਦਾ ਤੁਹਾਡੇ ਰੱਬ ਨੇ ਤਰਤੀ ਤਵੀ ਠੰਡੀ ਕਿਉਂ ਨਹੀਂ ਕਰਕੇ ਵਿਖਾਈ ਜੇ ਰੱਬ ਸੀ ਤਾਂ? ਉਹ ਸੜਦੀ ਪੱਕੀ ਰੇਤਾਂ ਨੂੰ ਠੰਡੀ ਕਿਉਂ ਨਹੀਂ ਕਰ ਸਕੇ? ਉਹ ਸ਼ਹੀਦ ਹੋਣ ਤੋਂ ਕਿਉਂ ਨਹੀਂ ਬਚ ਸਕੇ? ਉਹਨਾਂ ਨੇ ਕਰਾਮਾਤ ਕਿਉਂ ਨਹੀਂ ਵਿਖਾਈ? ਤੇ ਉਹਦਾ ਜਵਾਬ ਸੁਣੋ ਬਈ, ਕਰਾਮਾਤ ਇਸ ਗੱਲ ਵਿੱਚ ਨਹੀਂ ਹੈ, ਪਾਵਕ ਸ਼ਕਤੀ ਇਸ ਗੱਲ ਵਿੱਚ ਨਹੀਂ ਹੈ ਵੀ ਤੱਤੀ ਤਵੀ ਨੂੰ ਠੰਡੇ ਕਰ ਦੇਣਾ। ਕਰਾਮਾਤ ਇਸ ਗੱਲ ਵਿੱਚ ਨਹੀਂ ਹੈ ਕਿ ਸੜਦੇ ਬਣਦੇ ਉਬੜਦੇ ਪਾਣੀ ਨੂੰ ਠੰਡਾ ਕਰ ਦੇਣਾ। ਕਰਾਮਾਤ ਇਸ ਗੱਲ ਵਿੱਚ ਨਹੀਂ ਹੈ ਗੁਰੂ ਸਾਹਿਬ ਨੇ ਵੀ ਸੜਦੀ ਬਣਦੀ ਰੇਤਾਂ ਨੂੰ ਠੰਡੇ ਕਰ ਦੇਣਾ। ਕਰਾਮਾਤ ਇਸ ਗੱਲ ਵਿੱਚ ਹੈ ਸੱਜੇ ਪਾਤਸ਼ਾਹ ਮਹਾਰਾਜ ਸੁਨੇਹਾ ਦਿੰਦੇ ਨੇ ਤੱਤੀ ਤਵੀ ਤੇ ਬਹਿ ਕੇ ਆਪ ਕਿਵੇਂ ਠੰਡੇ ਰਹਿਣੇ। ਇਹ ਸਵਾਲ ਵਾਲੀ ਗੱਲ ਤੁਹਾਨੂੰ ਕੋਈ ਬੰਦਾ ਸੁਣਨਾ ਚਾਹੁੰਦਾ ਹੈ, ਦੇਖਣਾ ਚਾਹੁੰਦਾ ਹੈ, ਤੁਹਾਨੂੰ ਖਰਾਬ ਕਰਨਾ ਚਾਹੁੰਦਾ ਸੰਸਾਰ ਵਿੱਚ, ਤੁਸੀਂ ਉਹ ਸਿੱਧ ਉਹਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਆਪਣੇ ਥਾਂ ਤੇ ਅੜੇ ਖੜੇ ਹੋ, ਇਹ ਹੈ ਸਵਾਲ ਵਾਲੀ ਗੱਲ। ਨਾ ਕਿ ਤੁਸੀਂ ਰਾਗ ਫੜ ਕੇ ਉਹਦਾ ਮੱਥਾ ਲਾਓ ਜਾ ਕੇ ਤੂੰ ਕੌਣ ਹੁੰਦਾ ਮੈਨੂੰ ਸੁਣਨ ਵਾਲ, ਨਹੀਂ। ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਸਬਰ ਰੱਖਿਆ। ਮਹਾਰਾਜ ਕਹਿੰਦੇ ਸੀ ਤੂੰ ਜਬਰ ਕਰਕੇ ਦੇਖ ਲੈ, ਤੂੰ ਜਬਰ ਪਰਖ ਲਾ, ਅਸੀਂ ਆਪਣਾ ਸਬਰ ਪਰਖ ਲਵਾਂਗੇ ਨਾ ਤੇਰਾ, ਅਸੀਂ ਜਬਰ ਪਰਖ ਲਵਾਂਗੇ, ਤੂੰ ਸਾਡਾ ਸਬਰ ਪਰਖ ਲਈ, ਤੂੰ ਆਪਣਾ ਜ਼ੋਰ ਲਾਈ, ਅਸੀਂ ਆਪਣਾ ਜ਼ੋਰ ਲਾਵਾਂਗੇ। ਫਿਰ ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਜਦੋਂ ਸ਼ਹੀਦ ਹੁੰਦੇ ਨੇ, ਉਦੋਂ ਅੱਗੇ ਫਿਰ ਸੱਜੇ ਪਾਤਸ਼ਾਹ ਮਹਾਰਾਜ ਤੋਂ ਬਾਅਦ ਵਿੱਚ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਨੇ ਪੀਰੀ ਪੀਰੀ ਦੇ ਬਾਗ ਪੜਦੇ ਨੇ, ਕਿਵੇਂ ਸਤਿਗੁਰਾਂ ਨੂੰ ਦਸਤਾਰ ਮੰਦੀ ਹੁੰਦੀ ਹੈ, ਉਹਦੇ ਬਾਰੇ ਆਪਾਂ ਰਲ ਮਿਲ ਕੇ ਵਿਚਾਰ ਕਰੀਏ ਬਈ। ਕੱਲ ਤੁਸੀਂ ਸਾਰਿਆਂ ਨੇ ਸੁਣਿਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ
ਸ਼ਹੀਦ ਹੋਣ ਤੋਂ ਪਹਿਲਾਂ ਦੋ ਸੁਨੇਹੇ ਦਿੱਤੇ ਸੀ। ਇੱਕ ਸੁਨੇਹਾ ਪਾਲ ਨੇ ਇਹ ਦਿੱਤਾ ਸੀ ਆਪਣੇ ਸਿੱਖਾਂ ਨੂੰ ਵੀ ਸਾਡੇ ਸਰੀਰ ਦਾ ਸੰਸਕਾਰ ਨਾ ਕਰਿਓ, ਜਲ ਪ੍ਰਵਾਹ ਕਰ ਦਿਓ। ਤੇ ਦੂਜਾ ਸੁਨੇਹਾ ਪਾਲ ਨੇ ਦਿੱਤਾ ਸੀ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਸਿੱਖਾਂ ਨੂੰ ਕਹਿੰਦੇ ਨੇ, ਸਾਡੇ ਸਾਹਿਬਜ਼ਾਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਨੇਹਾ ਦੇ ਦਿਓ ਵੀ ਹੁਣ ਸ਼ਾਂਤੀ ਨਾਲ ਗੱਡੀ ਨਹੀਂ ਚੱਲਣੀ, ਗੱਡੀ ਨਾਲ ਹੁਣ ਕਦੀ ਸ਼ਾਂਤੀ ਰੱਖਿਆ ਗੱਲ ਨਹੀਂ ਬਣੇਗੀ, ਹੁਣ ਮਾਲਾ ਦੀ ਰਾਖੀ ਵਾਸਤੇ ਸ਼ਸਤਰ ਧਾਰੀ ਹੋਣਾ ਪਏਗਾ। ਗੁਰੂ ਘਰ ਦੇ ਵਿੱਚ ਸ਼ਸਤਰ ਇਸ ਕਰਕੇ ਨਹੀਂ ਚੁੱਕੇ ਕਿ ਅਸੀਂ ਰਾਜ ਲੈਣਾ ਸੀ, ਲੋਕਾਂ ਦੇ ਕਬਜ਼ੇ ਕਰਦੇ ਸੀ ਜਾ ਕੇ, ਸਾਨੂੰ ਸੰਸਾਰੀ ਰਾਜ ਦੀ ਵੱਧ ਨੇ ਗੱਲ ਨਹੀਂ ਕੀਤੀ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਵੱਧ ਨੇ ਸੁਨੇਹਾ ਇਸ ਕਰਕੇ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਘੱਟੋ ਘੱਟ ਜਿਹੜੀ ਮਾਲਾ ਤੁਸੀਂ ਫੇਰਦੇ ਹੋ, ਜਿਹੜੀ ਬੰਦਗੀ ਕਰਦੇ ਹੋ, ਜੇ ਤੁਹਾਨੂੰ ਬੰਦਗੀ ਕਰਦੇ ਆ ਪਰਮੇਸ਼ਰ ਨੂੰ ਜਪਦਿਆਂ ਹੋਇਆ ਵੀ ਕੋਈ ਡਿੱਗਣ ਨਹੀਂ ਨਾ ਦਿੰਦਾ, ਤੁਹਾਡੀ ਹੱਥੋਂ ਮਾਲਾ ਖੋਣ ਵਾਸਤੇ ਆਉਂਦਾ ਹੈ ਤੇ ਆਪਣੀ ਮਾਲਾ ਦੀ ਰਾਖੀ ਵਾਸਤੇ ਸ਼ਸਤਰ ਚੁੱਕਣਾ ਜਾਇਜ਼ ਹੈ। ਅਕਸਰ ਸਾਧਨਾ ਸ੍ਰੀ ਵਾਹਿਗੁਰੂ ਜਪਦਾ ਹੈ। ਸਿੱਖ ਨੇ ਸ਼ਸਤਰ ਰੱਖ ਕੇ ਕਿਸੇ ਦੇ ਜ਼ੁਲਮ ਕਰਨਾ ਬਹੁਤ ਵੱਡਾ ਗੁਨਾਹ ਨਹੀਂ ਕਰਨਾ ਕਦੇ ਵੀ, ਪਰ ਸਿੱਖ ਨੇ ਸ਼ਸਤਰ ਰੱਖ ਕੇ ਆਪਣਾ ਹੱਕ ਨਹੀਂ ਲੈਣਾ, ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਇਹ ਉਸ ਵੀ ਵੱਡਾ ਗੁਨਾਹ ਹੈ। ਗੁਰੂ ਅਰਜਨ ਸਾਹਿਬ ਬਾਦ ਨੇ ਸੁਨੇਹਾ ਭੇਜਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਨੂੰ 11 ਸਾਲ ਦੀ ਉਮਰ ਦੇ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਲੱਗੀ ਹੋ ਗਈ ਸੀ। ਗਰੀਬ ਵਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਆਪਣਿਆਂ ਸਿੱਖਾਂ ਨੂੰ ਹੁਕਮਨਾਮੇ ਭੇਜੇ, ਸਿੱਖੋ ਹੁਣ ਤੱਕ ਤੁਸੀਂ ਸਾਡੇ ਕੋਲ ਵਸਤਰ ਲੈ ਕੇ ਆਏ, ਮਾਇਆ ਲੈ ਕੇ ਆਏ, ਸੋਨਾ ਚਾਂਦੀ ਲੈ ਕੇ ਆਏ, ਬੜਾ ਕੁਛ ਲਿਆਂਦਾ, ਪਰ ਹੁਣ ਤੁਹਾਨੂੰ ਅਸੀਂ ਹੁਕਮ ਕਰਦੇ ਹਾਂ ਵੀ ਅੱਜ ਤੋਂ ਬਾਅਦ ਸਿੱਖ ਨੇ ਸਾਡੇ ਕੋਲ ਆਉਣਾ ਹੈ, ਨਾ ਸੋਨਾ ਚਾਂਦੀ ਲੈ ਕੇ ਆਵੇ, ਨਾ ਵਸਤਰ ਲੈ ਕੇ ਆਵੇ, ਨਾ ਖਾਣ ਵਾਲੇ ਪਦਾਰਥ ਲੈ ਕੇ ਆਵੇ। ਸੱਚੇ ਪਾਤਸ਼ਾਹ ਕੀ ਲੈ ਕੇ ਆਏ ਤੇ ਮਹਾਰਾਜ ਕਹਿੰਦੇ ਮੈਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਤਾਂ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਇਓ ਭੇਟਾ ਕਰਨ ਲਈ, ਤੇ ਇੱਕ ਵਧੀਆ ਤੋਂ ਵਧੀਆ ਜਵਾਨੀ ਗੁਰੂ ਘਰ ਨੂੰ ਭੇਟ ਕਰੋ। ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 11 ਸਾਲ ਦੀ ਉਮਰ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਸਤਿਗੁਰੂ ਸ਼ਹੀਦ ਹੋ ਜਾਂਦੇ ਨੇ, ਸਤਿਗੁਰਾਂ ਨੇ ਗੱਦੀ ਤੇ ਬਹਿਣ ਤੋਂ ਬਾਅਦ ਸਭ ਤੋਂ ਪਹਿਲਾ ਐਲਾਨ ਇਹ ਕੀਤਾ ਸੀ ਵੀ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲਵਾਂਗੇ ਚੰਦੂ ਦੇ ਕੋਲ। ਬੜਿਆ ਸਿੱਖਾਂ ਨੇ ਇਤਰਾਜ਼ ਵੀ ਕੀਤਾ, ਸੱਚੇ ਪਾਤਸ਼ਾਹ ਸਾਡਾ ਮਾਰਗ ਨਹੀਂ ਗੁਰੂ ਨਾਨਕ ਦੇ ਘਰ ਦਾ ਮਾਰਗ, ਸ਼ਾਂਤੀ ਦਾ ਮਾਰਗ ਹੈ, ਸੱਚੇ ਪਾਤਸ਼ਾਹ ਸਾਡਾ ਭਗਤੀ ਦਾ ਮਾਰਗ ਹੈ, ਤੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਸੀ ਯਾਦ ਰੱਖਿਓ ਭਗਤੀ ਬਿਨਾਂ ਸ਼ਕਤੀ ਤੇ ਸ਼ਕਤੀ ਬਿਨਾਂ ਭਗਤੀ ਦੋਵੇਂ ਨਹੀਂ ਰਹਿ ਸਕਦੇ। ਭਗਤੀ ਸ਼ਕਤੀ ਨਾਲ ਰੱਖੀ ਜਾਂਦੀ ਹੈ, ਹੁਣ ਕੋਈ ਬੰਦਾ ਮਾੜਾ ਹੀ ਫੇਰੀ ਜਾਂਦਾ ਹੈ, ਬੰਦਗੀ ਕਰੀ ਜਾਂਦਾ ਹੈ, ਸੰਸਾਰ ਦੇ ਲੋਕ ਜੀਵਨ ਥੋੜ੍ਹਾ ਦਿੰਦੇ ਨੇ ਉਹਨੂੰ, ਬੜਾ ਕੁਛ ਕਹਿੰਦੇ ਨੇ, ਪਰ ਜਦੋਂ ਵੀ ਆਪਣੀ ਤਾਕਤ ਖਾਉਂਦਾ ਕਿ ਸਾਰੇ ਹੱਥ ਜੋੜੀ ਫਿਰਦੇ ਨੇ ਕਿ ਮਹਾਂਪੁਰਸ਼ ਨੂੰ ਮਾਫ਼ ਕਰਦੇ ਹੋ। ਸ਼ਕਤੀ ਬਿਨਾਂ ਭਗਤੀ ਤੇ ਭਗਤੀ ਬਿਨਾਂ ਸ਼ਕਤੀ ਨਹੀਂ ਠਹਿਰਦੀ, ਖਾਲਸਾ ਦੀ ਯਾਦ ਰੱਖਿਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੋਹਣੇ ਸ਼ਸਤਰ, ਸੋਹਣੇ ਘੋੜੇ, ਸੋਹਣੀ ਜਵਾਨੀ ਆਪਣੀ ਸੈਨਾ ਵਿੱਚ ਭਰਤੀ ਕਰਨੀ ਸ਼ੁਰੂ ਕਰ ਦਿੱਤੀ, ਤੇ ਸਭ ਤੋਂ ਵੱਡਾ ਕੰਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਬਣਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋ ਕਿਰਪਾਨਾਂ ਬੀਜੀ ਤੇ ਬੀਜ ਦੀਆਂ ਪਾ ਕੇ ਸੱਚੇ ਪਾਤਸ਼ਾਹ ਜਦੋਂ ਪੱਗ ਉੱਪਰ ਬੈਠਦੇ ਨੇ ਨਾ ਸੱਚੇ ਪਾਤਸ਼ਾਹ ਜੀ, ਤੇ ਉਹ ਸਮੇਂ ਦੇ ਵਾਤਾਵਰਨ ਨੂੰ ਕਿਸੇ ਨੇ ਬੜਾ ਸੋਹਣਾ ਜਿਹਾ ਲਿਖਿਆ, ਜੀ ਬੜਾ ਫਰਮਦਾ ਤਖਤੀ ਕਾਲ ਦਾ।
ਸੱਜਣ ਸਾਹਿਬ ਦਾ ਸਹਿਬ ਜਾਂਦਾ ਗੱਦੀ ਤੇ ਬੈਠਾ ਤੇ ਗੱਦੀ ਤੇ ਬੈਠੇ ਸਾਧ ਉਹਨੇ ਪ੍ਰਣ ਲੈ ਲਿਆ ਕਿ ਮੈਂ ਜੰਗੂ ਦਾ ਖਾਤਮਾ ਕਰਾਂ ਸਾਹਿਬ ਜੀ ਆਪਣਾ ਬਚਾਅ ਕਰ ਸਕਦਾ ਤੇ ਗੱਲ ਹੈ ਫਿਰ ਜੰਗੂ ਨੇ ਜੋਰ ਲਾਉਣਾ ਸ਼ੁਰੂ ਕੀਤਾ ਜੀ ਜਿੱਥੇ ਜਹਾਂਗੀਰ ਬਾਦਸ਼ਾਹ ਜੰਗੂ ਦਾ ਜਿਹੜਾ ਬੜਾ ਪ੍ਰਭਾਵ ਸੀ ਬਾਦਸ਼ਾਹ ਦੇ ਉੱਪਰ ਪਹਿਲਾਂ ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਮਾਰੇ ਦੇ ਬਾਰੇ ਬਣੀਆਂ ਜੁਗਲੀਆਂ ਬਣੀਆਂ ਦੋਨੋਂ ਦਾ ਲੋਕਾਂ ਲਿਆ ਜੰਗੂ ਜਦੋਂ ਗੁਰੂ ਸਾਹਿਬ ਸ਼ਹੀਦ ਹੋ ਜਾਂਦੇ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਬਣੀਆਂ ਜੁਗਲੀਆਂ ਕੀਤੀਆਂ ਜਹਾਂਗੀਰ ਪਾਤਸ਼ਾਹ ਦੇ ਕੋਲ ਵੇਖੋ ਜੀ ਤੁਹਾਡੇ ਰਾਜ ਦੇ ਵਿੱਚ ਬਗਾਵਤ ਖੜੀ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਦਾ ਸਾਹਿਬਜ਼ਾਦਾ ਨਵੀਂ ਫੌਜ ਖੜੀ ਕਰਦੇ ਹੈ ਤੁਹਾਡੇ ਪ੍ਰਭੂ ਨੇ ਤਖ਼ਤ ਲਾ ਲਿਆ ਹੈ ਤੁਹਾਡੇ ਪ੍ਰਭੂ ਕਰਗੀ ਲਾ ਕੇ ਬੈਠਦਾ ਹੈ ਗੁਰੂਆਂ ਬਾਣੀ ਤੇ ਗੱਲ ਹੀ ਨਹੀਂ ਉਹਦੇ ਵਿੱਚ ਕੋਈ ਜਦੋਂ ਇਹ ਸਾਰੀਆਂ ਗੱਲਾਂ ਜਹਾਂਗੀਰ ਬਾਦਸ਼ਾਹ ਦੇ ਕੰਨਾਂ ਵਿੱਚ ਪਈਆਂ ਤੇ ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦੇ ਕੋਲ ਸੁਨੇਹਾ ਦੇ ਕੇ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਜੀ ਜਹਾਂਗੀਰ ਬਾਦਸ਼ਾਹ ਦੇ ਸੱਦੇ ਤੇ ਦਿੱਲੀ ਪਹੁੰਚ ਰਹੇ ਨੇ ਸੱਜੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਰਾਵਾ ਦੇਖ ਕੇ ਸਤਿਗੁਰਾਂ ਦੀ ਕਾਠ ਪਾਠ ਦੇਖ ਕੇ ਜਹਾਂਗੀਰ ਬਾਦਸ਼ਾਹ ਦੇ ਮਨ ਵਿੱਚ ਵੀ ਸ਼ੰਕਾ ਆਇਆ ਵੀ ਇਹ ਗੁਰੂਆਂ ਪੀਰਾਂ ਵਾਲਾ ਪਹਿਰਾਵਾ ਹੀ ਨਹੀਂ ਇਹਨਾਂ ਦਾ ਸ਼ਸਤਰ ਅਸਤਰ ਸਜਾਈ ਫਿਰਦੇ ਹਨ ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਪਰਖ ਕਰਨ ਵਾਸਤੇ ਬਾਦਸ਼ਾਹ ਨੇ ਉਹੀ ਸਵਾਲ ਕੀਤਾ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਕੀਤਾ ਸੀ ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੀ ਪਰਖ ਕੀਤੀ ਸੱਜੇ ਪਾਤਸ਼ਾਹ ਹਿੰਦੁਸਤਾਨ ਦੀ ਧਰਤੀ ਤੇ ਦੋ ਵੱਡੇ ਧਰਮ ਚੱਲਦੇ ਨੇ ਇੱਕ ਹਿੰਦੂ ਤੇ ਦੂਜਾ ਇਸਲਾਮ ਸਤਿਗੁਰੂ ਤੁਸੀਂ ਗੁਰੂ ਪੀਰ ਮਹਾਂਪੁਰਸ਼ ਹੋ ਸਾਨੂੰ ਇਹ ਦੱਸੋ ਵੀ ਦੋਵਾਂ ਧਰਮਾਂ ਚੋਂ ਚੰਗਾ ਧਰਮ ਕਿਹੜਾ ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ ਇਹਦੇ ਮਨ ਵਿੱਚ ਇਹ ਸੀ ਕਿ ਛੋਟੀ ਜਿਹੀ ਉਮਰ ਹੈ ਕਿੱਥੇ ਜਵਾਬ ਦੇ ਰਹਿਣਗੇ ਸ਼ਾਹੀ ਖਾਟ ਪਾਠ ਨਾਲ ਫਿਰਦੇ ਨੇ ਸੋਹਣਾ ਕੱਪੜਾ ਪਾਉਂਦੇ ਨੇ ਨਾਲ ਫੌਜ ਰੱਖਦੇ ਨੇ ਸਿਰ ਸੀਸ ਤੇ ਕਲਗੀ ਲਾਉਂਦੇ ਨੇ ਗੁਰੂਆਂ ਪੀਰਾਂ ਵਾਲੀ ਤੇ ਗੱਲ ਹੀ ਨਹੀਂ ਇਹਨਾਂ ਦੇ ਵਿੱਚ ਕੋਈ ਵੀ ਇਸ ਕਰਕੇ ਜਦੋਂ ਸਵਾਲ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਨੇ ਬੜਾ ਸੋਹਣਾ ਜਵਾਬ ਦਿੱਤਾ ਸਤਿਗੁਰੂ ਕਹਿੰਦੇ ਨੇ ਪਾਤਸ਼ਾਹ ਨਾ ਹਿੰਦੂ ਮਾੜੇ ਨੇ ਨਾ ਮੁਸਲਮਾਨ ਮਾੜੇ ਨਾ ਹਿੰਦੂ ਚੰਗੇ ਨੇ ਨਾ ਮੁਸਲਮਾਨ ਚੰਗੇ ਦੋਵੇਂ ਗੱਲਾਂ ਕਹਿ ਦਿੱਤੀਆਂ ਜਹਾਂਗੀਰ ਬਾਦਸ਼ਾਹ ਕਹਿੰਦਾ ਸੱਜੇ ਪਾਤਸ਼ਾਹ ਜਾਣਦੇ ਕੋਈ ਮਾੜਾ ਹੁੰਦਾ ਜਾਂ ਚੰਗਾ ਇੱਕ ਗੱਲ ਹੁੰਦੀ ਦੋ ਗੱਲਾਂ ਥੋੜ੍ਹਾ ਹੁੰਦੇ ਕਰਦੇ ਇੱਕ ਦੱਸੋ ਤੁਸੀਂ ਦੋਵੇਂ ਗੱਲਾਂ ਕੱਲ੍ਹ ਨੂੰ ਕਹਿ ਦਿੱਤੀਆਂ ਵੀ ਦੋਵੇਂ ਚੰਗੇ ਨੇ ਦੋਵੇਂ ਮਾੜੇ ਨੇ ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਧਰਮ ਮਾੜਾ ਕੋਈ ਵੀ ਨਹੀਂ ਹੁੰਦਾ ਧਰਮਾਂ ਦੇ ਵਿੱਚ ਕੁਛ ਲੋਕ ਮਾੜੇ ਹੋ ਸਕਦੇ ਨੇ ਬਾਦਸ਼ਾਹ ਯਾਦ ਰੱਖੀ ਜੇ ਤਾਂ ਹਿੰਦੂ ਧਰਮ ਦੇ ਵਿੱਚ ਰਹਿ ਕੇ ਚੰਗਿਆਈ ਕਰਦੇ ਨੇ ਨੇਕੀ ਦੇ ਰਾਹ ਤੇ ਚੱਲਦੇ ਨੇ ਪਰਮੇਸ਼ਰ ਦੇ ਰਾਹ ਤੇ ਚੱਲਦੇ ਨੇ ਵਿੱਚ ਇਹ ਚੰਗੇ ਨੇ ਤੇ ਜੇ ਆਪਣੇ ਧਰਮ ਦਾ ਬਾੜਾ ਪਾ ਕੇ ਨਹੀਂ ਆਪਣੇ ਧਰਮ ਦੇ ਚੱਲਦੇ ਤੇ ਮਾੜੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਨੇ ਜਹਾਂਗੀਰ ਬਾਦਸ਼ਾਹ ਦੀ ਚੰਗੀ ਪਸੰਦੀ ਜਦੋਂ ਕਰਾਈ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਫਿਰ ਸੱਚੇ ਪਾਤਸ਼ਾਹ ਤੋਂ ਪ੍ਰਭਾਵਿਤ ਬਹੁਤ ਹੋਇਆ ਇਹ ਗੱਲ ਤੰਦੂ ਨੂੰ ਚੰਗੀ ਨਹੀਂ ਲੱਗੀ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਅਦ ਨੂੰ ਮੈਂ ਇਸ ਕਰਕੇ ਸੱਦਿਆ ਵੀ ਆਪੇ ਬਾਦਸ਼ਾਹ ਜਹਾਂਗੀਰ ਇਹਨਾਂ ਨੂੰ ਸਜ਼ਾ ਦੇਗਾ ਕੋਈ ਇਹਨਾਂ ਦੇ ਜੁਰਮਾਨਾ ਲੱਗੇਗਾ ਕੋਈ ਰੁਕਾਵਟ ਪਏਗੀ ਜੇਲ੍ਹ ਦੇ ਵਿੱਚ ਡੱਕੇਗਾ ਇਹਨਾਂ ਦੀ ਫਿਰ ਮਿੱਤਰਤਾ ਪੈਗੀ ਆਪਸ ਵਿੱਚ ਫਿਰ ਜੰਗੂ ਨੇ ਬੜਾ ਵੱਡਾ ਧਾ ਖੇਡਿਆ ਹੈ ਆਪਾਂ ਮਨਾਉਂਦੇ ਹਾਂ ਨਾ ਸਾਧ ਪਿੱਛੋਂ ਦਿਵਾਲੀ ਸਿੱਖਾਂ 'ਚ ਮਨਾਈ ਜਾਂਦੀ ਹੈ ਇਹਦਾ ਇਤਿਹਾਸ ਵੀ ਇੱਥੇ ਆ ਕੇ ਜੁੜਦਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਨਾਲ
ਚੰਦੂ ਨੇ ਇੱਕ ਜੋਤਸ਼ੀ ਨੂੰ ਸੱਦਿਆ, ਉਹਨੂੰ ਲਾਲਚ ਦੇ ਕੇ ਕਹਿੰਦਾ ਹੈ ਵੀ ਤੂੰ ਜਾ ਕੇ ਬਾਦਸ਼ਾਹ ਨੂੰ ਕਹਿ ਦੇ ਵੀ ਤੇਰੇ ਤੇ ਕੋਈ ਮਾੜਾ ਸਮਾਂ ਆਇਆ ਹੋਵੇ, ਜੇ ਕਿਤੇ ਸਾਂਝ ਸੰਧੀ ਆਈ ਹੋਈ ਹੈ ਉਹਦਾ ਉਪਾਅ ਕਰਦਾ ਬਚਣ ਦਾ, ਨਹੀਂ ਤੇਰਾ ਰਾਜ ਗਰਕ ਹੋ ਜਾਏਗਾ। ਇਹਦਾ ਸਿਖਾਇਆ ਹੋਇਆ ਜੋਤਸ਼ੀ ਜਦੋਂ ਜਹਾਂਗੀਰ ਬਾਦਸ਼ਾਹ ਦੇ ਕੋਲ ਜਾਂਦਾ, ਬਾਦਸ਼ਾਹ ਪੁੱਛਦਾ ਹੈ ਵੀ ਕਿਵੇਂ ਆਉਣਾ ਹੋਇਆ ਮੇਰੇ ਕੋਲ, ਤੇ ਜੋਤਸ਼ੀ ਜਹਾਂਗੀਰ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਸਲਾਮਤ, ਮੈਨੂੰ ਤੁਹਾਡੀ ਫਿਕਰ ਬਹੁਤ ਲੱਗੀ ਹੋਈ ਹੈ, ਕਾਹਦੀ ਫਿਕਰ ਲੱਗੀ ਹੈ? ਕਹਿੰਦੇ ਮੈਂ ਤੇਰੀ ਸਾਰੀ ਕੁੰਡਲੀ ਤੇਰੀ ਜਨਮ ਪੱਤਰੀ ਬਾਜ ਕੇ ਦੇਖੀ ਹੈ ਵੀ ਤੇਰੇ ਤੇ ਮਾੜਾ ਸਮਾਂ ਆਉਣ ਵਾਲਾ, ਸਾਠ ਸਮੀ ਆਈ ਵੀ ਤੇਰੇ ਤੇ, ਤੇਰਾ ਰਾਜ ਵੀ ਖਤਮ ਹੋ ਸਕਦਾ ਹੈ। ਤੇ ਬਾਦਸ਼ਾਹ ਜਹਾਂਗੀਰ ਪੁੱਛਦਾ ਵੀ ਇਹਦਾ ਔਲਾਦ ਕੀ ਹੈ? ਕਹਿੰਦੇ ਔਲਾਦ ਇਹਦਾ ਇਹ ਹੈ ਜੋ ਜੰਗੂ ਨੇ ਸਿਖਾ ਕੇ ਭੇਜਿਆ ਸੀ, ਇਹਦਾ ਔਲਾਦ ਇਹ ਹੈ ਵੀ ਕੋਈ ਜਪੀ ਤਪੀ ਪੂਰਨ ਮਹਾਂਪੁਰਸ਼ ਹੋਵੇ ਜਿਹੜਾ ਲਗਾਤਾਰ 40 ਦਿਨ ਤੇਰੇ ਵਾਸਤੇ ਬੰਦਗੀ ਕਰੇ, 40 ਦਿਨ ਲਗਾਤਾਰ ਤੇਰੇ ਵਾਸਤੇ ਨਾਮ ਜਪੇ, ਉਹ ਤੇਰੀ ਸਾਠ ਸਮੀ ਤਾਂ ਟਾਲ ਸਕਦਾ, ਤੇਰਾ ਮਾੜਾ ਸਮਾਂ ਟਾਲ ਸਕਦਾ ਹੈ। ਜਹਾਂਗੀਰ ਬਾਦਸ਼ਾਹ ਆਪਣੇ ਅਹਿਲਕਾਰਾਂ ਨੂੰ ਕਹਿੰਦਾ ਵੀ ਲੱਭੋ ਕੋਈ ਇਹੋ ਜਿਹਾ ਮਹਾਂਪੁਰਸ਼ ਕੋਈ ਹੋਵੇ ਤਾਂ, ਤੇ ਇੱਕਦਮ ਜੰਦੂ ਖੜਾ ਹੋ ਕੇ ਕਹਿੰਦਾ ਜੀ ਲੱਭਣਾ ਕਾਹਨੂੰ ਹੈ, ਆਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਕੋਲ ਆਏ ਹੋਏ ਨੇ, ਇਹਨਾਂ ਨੂੰ ਬੇਨਤੀ ਕਰੋ ਤਾਂ ਤੁਹਾਡੇ ਬਾਬਾ ਦੇ ਨਾਮ ਜਪ ਲੈਣ ਬੰਦਗੀ ਕਰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਾਰਗ ਸਮਝ ਗਏ, ਸੁਣਿਓ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਚੰਦੂ ਨੇ ਚਿੱਠੀ ਲਿਖ ਕੇ ਭੇਜੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਸੱਜੇ ਪਾਤਸ਼ਾਹ ਨੂੰ ਆਖਿਆ ਸੀ ਤੁਹਾਡੇ ਪਿਤਾ ਨੇ ਮੇਰਾ ਕਹਿਣਾ ਨਹੀਂ ਮੰਨਿਆ, ਮੇਰੀ ਗੜਕੀ ਦਾ ਰਿਸ਼ਤਾ ਨਹੀਂ ਪ੍ਰਵਾਨ ਕੀਤਾ, ਜੋ ਹੋਇਆ ਪਾੜਾ ਹੋਇਆ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਮੇਰੀ ਗੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਵਾਬ ਦੇ ਦਿੱਤਾ ਸੀ, ਇੱਕ ਪਾਸੇ ਬੇਨਤੀ ਕੀਤੀ, ਦੂਜੇ ਪਾਸੇ ਨਾਲ ਇਹ ਆਖਿਆ ਵੀ ਜੇ ਮੇਰਾ ਕਹਿਣਾ ਨਹੀਂ ਮੰਨੋਗੇ ਤੇ ਹੋ ਸਕਦਾ ਤੁਹਾਡੇ ਨਾਲ ਤੁਹਾਡੇ ਪਿਤਾ ਤੋਂ ਵੱਧ ਕੇ ਬਾਣੀ ਕੀਤੀ ਜਾਵੇ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਜਦੋਂ ਜੇ ਸਾਡੇ ਪਿਤਾ ਨੇ ਤੇਰੀ ਧੀ ਦਾ ਰਿਸ਼ਤਾ ਨਹੀਂ ਪ੍ਰਵਾਨ ਸਾਡੇ ਵਾਸਤੇ ਕੀਤਾ, ਸੰਗਤ ਦਾ ਕਿਹਾ ਨਹੀਂ ਉਹਨਾਂ ਨੇ ਮੋੜਿਆ, ਅਸੀਂ ਵੀ ਸੰਗਤ ਦਾ ਕਿਹਾ ਨਹੀਂ ਮੋੜ ਸਕਦੇ, ਤੂੰ ਆਪਣਾ ਪ੍ਰਬੰਧ ਕਰਦਾ, ਤੂੰ ਇਸ ਗੱਲ ਤੋਂ ਬਚਣਾ ਚਾਹੁੰਦਾ ਕਿ ਮੈਨੂੰ ਤੇਰੇ ਖਤਮ ਨਾ ਕਰ ਦੇਣ, ਜਿਹੜਾ ਕਰਮ ਤੈਂ ਬੀਜਿਆ ਉਹਦੇ ਵੱਟਣਾ ਜ਼ਰੂਰ ਪਏਗਾ। ਫਿਰ ਚੰਦੂ ਨੇ ਚੋਰੀਆਂ ਲਾ ਕੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਸੱਦਿਆ, ਫਿਰ ਚਾਲ ਖੇਡੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਖਿਆ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਮੇਰੇ ਖਾਤਰ 40 ਦਿਨ ਲਗਾਤਾਰ ਤੁਸੀਂ ਕਿਲੇ ਵਿੱਚ ਬੈਠ ਕੇ ਬੰਦਗੀ ਕਰੋ, ਮੇਰੀ ਸਾਠ ਸਮੀ ਟਲ ਜਾਵੇ। ਬਹਾਨੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਵਿੱਚ ਕੈਦ ਕਰਵਾਇਆ ਗਿਆ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਗਵਾਲੀਅਰ ਦੇ ਕਿਲੇ 'ਚ ਪਹੁੰਚਦੇ ਨੇ ਤੇ ਇਤਿਹਾਸ ਕਹਿੰਦਾ ਕਿ 500 ਰੁਪਈਆ ਬਾਦਸ਼ਾਹ ਦੇ ਵੱਲੋਂ ਗੁਰੂ ਸਾਹਿਬ ਦੇ ਖਰਚੇ ਪਾਸੇ ਨਾਲ ਦਿੱਤਾ, ਦੇਣਾ ਪੱਕਾ ਕੀਤਾ ਕਿ ਹਰ ਰੋਜ਼ 500 ਰੁਪਈਆ ਇਹਨਾਂ ਦੀ ਸੇਵਾ ਦੇ ਵਿੱਚ ਦਿਆ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਇਹਨਾਂ ਦਾ ਕਿਲੇ ਵਿੱਚ ਕੀਤਾ ਜਾਵੇ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਦੇ ਨੇ, ਜਿਹੜੇ ਉੱਥੇ ਪਹਿਲਾਂ ਕੈਦੀ ਸਨ ਉਹਨਾਂ ਦੀ ਮਾੜੀ ਹਾਲਤ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਥੋਂ ਰਹਿੰਦੇ ਉਸ ਗਵਾਲੀਅਰ ਦੇ ਕਿਲੇ ਦਾ ਜਿਹੜਾ ਦਰੋਗਾ ਸੀ ਹਰਦਾਸ, ਇਹਨੂੰ ਕਹਿ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ 500 ਰੁਪਈਆ ਇਹਨਾਂ ਕੈਦੀਆਂ ਉੱਪਰ ਖਰਚਣਾ ਸ਼ੁਰੂ ਕਰਵਾ ਦਿੱਤਾ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ
ਸਬਜ਼ੀ ਨੂੰ। ਜਦੋਂ ਚਾਲੀ ਦਿਨ ਬੀਤ ਗਏ ਜਹਾਂਗੀਰ ਬਾਦਸ਼ਾਹ ਭੁੱਲ ਗਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਾਪਸ ਵੀ ਬੁਲਾਉਣਾ ਹੈ। ਆਸੇ ਪਾਸੇ ਦੇ ਅਹਿਲਕਾਰਾਂ ਨੇ ਧਿਆਨ ਹੀ ਕਿਸ ਪਾਸੇ ਜਾਣ ਦਿੱਤਾ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਬੜੀ ਚਿੰਤਾ ਦੇ ਵਿੱਚ ਇਕੱਠੀਆਂ ਹੋ ਕੇ ਗਵਾਲੀਅਰ ਦੇ ਕਿਲੇ ਦਾ ਜਦੋਂ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਮਹਾਰਾਜ ਨੂੰ ਉੱਥੇ ਕੈਦ ਕਰ ਲਿਆ ਉਹਨਾਂ ਨੇ, ਫਿਰ ਸੰਗਤਾਂ ਦੇ ਜਥੇ ਬਣ ਬਣ ਕੇ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਦੇ ਵਿੱਚ ਗਵਾਲੀਅਰ ਪਹੁੰਚਣੇ ਸ਼ੁਰੂ ਹੋਏ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ, ਗਵਾਲੀਅਰ ਦੇ ਕਿਲੇ ਦੇ ਬਾਹਰ ਜਾਂਦੀਆਂ ਨੇ। ਦਰੋਗੇ ਸਿਪਾਹੀ ਮਿਲਣ ਨਹੀਂ ਦਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਤੇ ਸੰਗਤਾਂ ਦਰਬਾਰੇ ਦੇ ਨਮਸਕਾਰਾਂ ਕਰਕੇ ਕਿਲੇ ਦੀਆਂ ਪ੍ਰਕਰਮਾਂ ਕਰਕੇ ਵਾਪਸ ਆ ਜਾਂਦੀਆਂ ਨੇ। ਬਾਬਾ ਬੁੱਢਾ ਸਾਹਿਬ ਨੂੰ ਸਿੱਖਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਬਾਬਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਅਸੀਂ ਬੜੇ ਥੋੜੇ ਸਮੇਂ ਵਾਪਸ ਆ ਜਾਵਾਂਗੇ, ਮਹਾਰਾਜ ਨੂੰ ਤੇ ਇਹਨਾਂ ਨੇ ਕੈਦ ਕਰਦੇ ਹੈ, ਹੁਣ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਨੂੰ ਆਖਿਆ, ਬਾਬਾ ਜੀ ਤੁਸੀਂ ਕਿਰਪਾ ਕਰੋ, ਤੁਹਾਡੇ 'ਚ ਪਾਵਰ ਹੈ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕਰ ਸਕਦੇ। ਸਾਰੀਆਂ ਸੰਗਤਾਂ ਬੜੇ ਵਿਰਾਗ ਦੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਦੇ ਨਾਲ ਇਹਨਾਂ ਬੇਨਤੀਆਂ ਕਰ ਦਿੱਤੀਆਂ ਨੇ। ਸਾਰੀ ਸੰਗਤ ਦੇ ਅੰਦਰ ਅਰਦਾਸਾਂ ਕਰਦੀ ਹੈ।
ਸੰਗਤਾਂ ਦੇ ਜਥੇ ਭੇਜਣੇ ਸ਼ੁਰੂ ਕੀਤੇ ਗਵਾਲੀਅਰ ਦੀ ਧਰਤੀ ਤੇ। ਗਵਾਲੀਅਰ ਦੇ ਕਿਲੇ ਦੇ ਬਾਅਦ ਸੰਗਤ ਜਾਂਦੀ ਹੈ ਮੱਥਾ ਟੇਕ ਕੇ ਨਮਸਕਾਰ ਕਰਕੇ ਵਾਪਸ ਆ ਜਾਂਦੀ ਹੈ। ਕਾਫੀ ਲੰਮਾ ਸਮਾਂ ਇੱਦਾਂ ਹੀ ਬੀਤ ਗਿਆ। ਫਿਰ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਜਦੋਂ ਬਹੁਤ ਗੁਲਾਗ ਦੇ ਵਿੱਚ ਆਖਿਆ ਤਾਂ ਬਾਬਾ ਜੀ ਹੁਣ ਤੇ ਗੁਰੂ ਘਰ ਦੀ ਕੋਈ ਨਾ ਕੋਈ ਕਲਾ ਵਰਤਾਉਣੀ ਪਏਗੀ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਪੈੜਾ ਤੇ ਭਾਈ ਪੁਰਾਣਾ ਇਹ ਗੁਰੂ ਹਰਗੋਬਿੰਦ ਸਾਹਿਬ ਬਾਰੇ ਦੇ ਆਧਾਰ ਤੇ ਸਨ ਜਿਹੜੇ ਪੰਜ ਸਿੱਖ ਇਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਨੇ ਤੇ ਹੁਣ ਅੰਦਰ ਪੱਕਾ ਹੀ ਆਸਣ ਲਾ ਲਿਆ ਹੈ। ਤੁਸੀਂ ਹੁਣ ਬਾਦਸ਼ਾਹ ਦੇ ਕੰਨਾਂ ਤੱਕ ਇਹ ਖਬਰ ਪਹੁੰਚਦੀ ਕਰੋ ਵੀ ਸੱਜੇ ਪਾਤਸ਼ਾਹ ਮਾਰ ਨੂੰ ਰਿਹਾ ਕੀਤਾ ਜਾਵੇ। ਇਤਿਹਾਸ ਬਹੁਤ ਲੰਮਾ ਹੈ ਤੇ ਸਾਰੇ ਇਤਿਹਾਸ ਵੀ ਆਪਾਂ ਵਿਚਾਰ ਕਰੀਏ ਖਾਲਸਾ ਜੀ ਕੀ ਉੱਥੇ ਬੀਤਿਆ ਹੈ ਤਾਂ ਬੜਾ ਲੰਮਾ ਸਮਾਂ ਲੱਗ ਜਾਏਗਾ। ਜਹਾਂ ਕਿ ਬਾਦਸ਼ਾਹ ਰਾਤ ਨੂੰ ਸੌਂਦਾ ਪਿਆ ਹੈ ਭਾਈ ਪੈੜਾ ਤੇ ਭਾਈ ਪੁਰਾਣਾ ਜੀ ਸੱਜੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਬਣੀ ਸੀ ਇਹਨਾਂ ਦੋਵਾਂ ਗੁਰਸਿੱਖਾਂ ਦੇ ਉੱਪਰ। ਕਹਿੰਦੇ ਰਾਤ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਬਾਦਸ਼ਾਹ ਦੀ ਛਾਤੀ ਤੇ ਜਾ ਚੜੇ। ਜਹਾਂਗੀਰ ਬਾਦਸ਼ਾਹ ਦੀ ਅੱਖ ਖੁੱਲਦੀ ਹੈ ਇੱਕਦਮ ਘਬਰਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਵਾਜ਼ਾਂ ਮਾਰਨ ਲੱਗ ਪੈਂਦਾ ਸੱਜੇ ਪਾਤਸ਼ਾਹ ਕਿਰਪਾ ਕਰੋ ਮੇਰੀ ਰੱਖਿਆ ਕਰੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਪ੍ਰਗਟ ਹੋ ਕੇ ਦੋਵਾਂ ਸਿੱਖਾਂ ਨੂੰ ਹਟਾਉਂਦੇ ਨੇ। ਦਿਨ ਚੜ ਜਾਂਦਾ ਹੈ ਜਹਾਂਗੀਰ ਬਾਦਸ਼ਾਹ ਨੂੰ ਫਿਰ ਭਾਈ ਪੈਣਾ ਤੇ ਭਾਈ ਪੁਰਾਣਾ ਆਪਣੇ ਅਸਲੀ ਰੂਪ ਦੇ ਵਿੱਚ ਆ ਕੇ ਕਹਿੰਦੇ ਨੇ ਬਾਦਸ਼ਾਹ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ 40 ਦਿਨ ਵਾਸਤੇ ਕਿਲੇ ਵਿੱਚ ਭੇਜਿਆ ਸੀ ਵੇਖ ਕਿੰਨਾ ਲੰਮਾ ਸੋਣਾ ਹੋ ਗਿਆ ਮਹਾਰਾਜ ਨੂੰ ਗਿਆਨ ਨੂੰ ਆਪਣਾ ਭਲਾ ਚਾਹੁੰਦਾ ਤੇ ਸਤਿਗੁਰਾਂ ਨੂੰ ਰਿਹਾ ਕਰਦੇ। ਦਿਨ ਚੜੇ ਤੋਂ ਫਿਰ ਜਹਾਂਗੀਰ ਬਾਦਸ਼ਾਹ ਸੁਨੇਹਾ ਭੇਜਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਆਪ ਜੀ ਕਿਰਪਾ ਕਰੋ ਕਿਲੇ ਚੋਂ ਬਾਹਰ ਆ ਜਾਓ ਤੁਹਾਨੂੰ ਰਿਹਾ ਕੀਤਾ ਜਾਂਦਾ ਹੈ। ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਵਾਬ ਦੇ ਦਿੰਦੇ ਨੇ ਕਹਿੰਦੇ ਨੇ ਬਾਦਸ਼ਾਹ ਅਸੀਂ ਕਦੇ ਨਹੀਂ ਬਾਹਰ ਆਵਾਂਗੇ ਜੇ ਆਵਾਂਗੇ ਤੇ ਜਿੰਨੇ ਤੇਰੇ ਕੈਦ ਕੀਤੇ ਹੋਏ ਰਾਜੇ ਗਵਾਲੀਅਰ ਦੇ ਕਿਲੇ ਵਿੱਚ ਨੇ ਇਹਨਾਂ ਸਾਰਿਆਂ ਨੂੰ ਰਿਹਾ ਕਰਨਾ ਪਏਗਾ। ਜਹਾਂਗੀਰ ਬਾਦਸ਼ਾਹ ਬੜਾ ਔਖਾ ਹੋ ਕੇ ਸੱਜੇ ਪਾਤਸ਼ਾਹ ਮਹਾਰਾਜ ਦਾ ਇਹ ਵਚਨ ਨੂੰ ਮੰਨਣਾ ਪੈਣਾ ਸੀ। ਫਿਰ ਸ਼ਰਤ ਲਾਈ ਗਈ ਵੀ ਜਿੰਨੇ ਰਾਜੇ ਤੁਹਾਡੇ ਪੱਲੇ ਨੂੰ ਫੜ ਕੇ ਤੁਹਾਡੇ ਜੋੜੇ ਦੇ ਨਾਲ ਆਸਰਾ ਲਾ ਕੇ ਬਾਹਰ ਆ ਜਾਣ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ ਜਿੰਨੇ ਤੁਹਾਡਾ ਪੱਲਾ ਫੜ ਲੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿੰਦੇ ਵੀ ਉੱਥੇ ਇੱਕ ਗੋਲਾ ਤਿਆਰ ਕਰਵਾਇਆ ਆਪ ਸੰਗਤ ਇਤਿਹਾਸ ਤੋਂ ਜਾਣੂ ਹੋ ਸਾਡੇ ਉਹ 52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਰਿਹਾ ਕਰਵਾਏ ਨਾ ਸੱਜੇ ਪਾਤਸ਼ਾਹ ਮਹਾਰਾਜ ਉਹਨਾਂ 52 ਰਾਜਿਆਂ ਨੂੰ ਆੜ ਲੈ ਕੇ ਕਿਲੇ ਚੋਂ ਬਾਹਰ ਆਉਂਦੇ ਨੇ। ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਮਹਾਰਾਜ ਜਦੋਂ ਪਹੁੰਚਦੇ ਨੇ ਉੱਥੇ ਚੰਦੂ ਦਾ ਜਿਹੜਾ ਭੇਦ ਖੁੱਲਦਾ ਸਾਰਾ ਵੀ ਇਹਨੇ ਤੇ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਸੱਜੇ ਪਾਤਸ਼ਾਹ ਮਹਾਰਾਜ ਨੂੰ ਕੈਦ ਕਰਵਾਇਆ ਸੀ। ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖ ਕੇ ਕਹਿੰਦਾ ਮਹਾਰਾਜ ਜੀ ਮੈਂ ਚੰਦੂ ਦੇ ਬਦਲ ਲੱਗ ਕੇ ਬੜੀ ਵੱਡੀ ਗਲਤੀ ਕੀਤੀ ਸੱਜੇ ਪਾਤਸ਼ਾਹ ਤੁਹਾਨੂੰ ਕੈਦ ਕਰਕੇ ਰੱਖਿਆ ਇੰਨਾ ਲੰਮਾ ਸਮਾਂ ਮਹਾਰਾਜ ਮੈਨੂੰ ਮਾਫ਼ ਕਰ ਦਿਓ ਕਿਰਪਾ ਕਰੋ ਸੱਜੇ ਪਾਤਸ਼ਾਹ ਆ ਜਿਹੜੀ ਤੁਹਾਡੇ ਹੱਥ ਵਿੱਚ ਮਾਲਾ ਫੜੀ ਹੋਈ ਹੈ ਇਹਦਾ ਇੱਕ ਮਣਕਾ ਮੈਨੂੰ ਨਿਸ਼ਾਨੀ ਦੇ ਤੌਰ ਤੇ ਦੇ ਕੇ ਜਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਤੂੰ ਇਹ ਮਣਕਾ ਕੀ ਕਰੇਗਾ ਬਈ ਸੱਜੇ ਪਾਤਸ਼ਾਹ ਮੈਂ ਤੁਹਾਡੀ ਨਿਸ਼ਾਨੀ ਸਮਝ ਕੇ ਆਪਣੀ ਮਾਲਾ ਦੇ ਵਿੱਚ ਇਹਨੂੰ ਪਰੋ ਕੇ ਰੱਖਾਂਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਤਨ ਕੀਤਾ ਸੱਜੇ ਪਾਤਸ਼ਾਹ ਕਹਿਣ ਲੱਗੇ ਜਦੋਂ ਸਾਡੇ ਪਿਤਾ ਜੀ ਇੱਥੇ ਤੁਹਾਡੇ ਕੋਲ ਆਏ ਸਨ ਉਹਨਾਂ ਦੇ ਸੱਜੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਕੋਲ ਵੀ ਬੜੀ ਸੋਹਣੀ ਸੁੱਜੇ ਤੋਤੇ ਦੀ ਮਾਲਾ ਇੱਕ ਬੜੀ ਬੜੀ ਕੀਮਤੀ ਮਾਲਾ 108 ਬਣ ਗਿਆ
ਮੇਰੇ ਕੋਲ ਕੋਈ ਇਹਨਾਂ ਦੇ ਪੈਦਾ ਦੀ ਮਾੜਾ ਨਹੀਂ ਹੋਈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਜੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਡੇ ਇੱਕ ਸਿੱਖ ਨੂੰ ਭੇਜੋ, ਚੰਦੂ ਨੂੰ ਇੱਥੇ ਰੱਖੋ, ਇਹਨੂੰ ਘਰ ਨਾ ਜਾਣ ਦਿਓ। ਸੱਜੇ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨ ਕੇ ਇੱਕ ਸਿੱਖ ਜੰਦੂ ਦੇ ਘਰੇ ਜਾਂਦਾ ਹੈ। ਗੁਰੂ ਅਰਜਨ ਸਾਹਿਬ ਦੀ ਮਾੜਾ ਜਿਹੜੀ ਇਹਨੇ ਧੱਕੇ ਨਾਲ ਲਵਾ ਕੇ ਆਪਣੇ ਕੋਲ ਰੱਖੀ ਸੀ ਸਤਿਗੁਰਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ, ਉਹ ਮਾੜਾ ਸਿੱਖ ਲੈ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦਾ ਹੈ ਖਾਲਸਾ ਜੀ, ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਉਹ ਮਾੜਾ ਰੱਖੀ ਜਾਂਦੀ ਹੈ ਤੇ ਸੱਜੇ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਵੀ ਦੱਸੋ ਇਹ ਉਹੀ ਮਾੜਾ ਜਿਹੜੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਸੀ। ਤਾਂ ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ, ਹਾਂ ਇਹ ਉਹੀ ਮਾੜਾ ਹੈ। ਪਾਤਸ਼ਾਹ ਜਹਾਂਗੀਰ ਚੰਦੂ ਨੂੰ ਪੁੱਛਦਾ ਫਿਰ ਵੀ ਤੂੰ ਤਾਂ ਕਹਿੰਦਾ ਸੀ ਮੇਰੇ ਕੋਲ ਮਾੜਾ ਹੈ ਨਹੀਂ, ਗੁਰੂ ਅਰਜਨ ਸਾਹਿਬ ਦੀ ਆਹ ਕਿੱਥੋਂ ਆਈ ਹੈ? ਤੂੰ ਦੱਸਿਆ ਕਿ ਗੁਰੂ ਅਰਜਨ ਸਾਹਿਬ ਦੇ ਨਾਲ ਕੀ ਬੀਤੀ ਹੈ। ਫਿਰ ਸਾਰੀ ਮਾਤਾ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਸਾਈਂ ਮੀਆਂ ਮੀਰ ਜੀ ਨੇ ਪਾਤਸ਼ਾਹ ਜਹਾਂਗੀਰ ਨੂੰ ਜਦੋਂ ਦੱਸੀ ਨਾ ਵੀ ਗੁਰੂ ਅਰਜਨ ਸਾਹਿਬ ਨੂੰ ਚੰਦੂ ਨੇ ਆਪਣੇ ਘਰ ਜਾ ਕੇ ਉਬੜ ਦੀ ਦੇਗ ਵਿੱਚ ਬਿਠਾ ਕੇ ਸੀਨੇ ਦਿੱਤੇ, ਗੁਰੂ ਅਰਜਨ ਸਾਹਿਬ ਸੱਜੇ ਪਾਤਸ਼ਾਹ ਦੇ ਸੀਸ ਵਿੱਚ ਗਰਮ ਰੇਤਾ ਪਾਈ, ਗੁਰੂ ਅਰਜਨ ਸਾਹਿਬ ਨੂੰ ਤੱਦੀ ਤੱਦੀ ਤੇ ਬਿਠਾ ਕੇ ਸੀਨੇ ਦਿੱਤੇ ਨੇ, ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦੇ ਪਿਤਾ ਗੁਰੂ ਅਰਜਨ ਸਾਹਿਬ ਜੀ ਰਾਵੀ ਦੇ ਕੰਢੇ ਤੇ ਸ਼ਹੀਦ ਹੋਏ ਨੇ ਤੇ ਸਾਰੀ ਮਾਤਾ ਦਾ ਜ਼ਿੰਮੇਵਾਰ ਚੰਦੂ ਹੈ। ਫਿਰ ਪਾਤਸ਼ਾਹ ਜਹਾਂਗੀਰ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਨੂੰ ਆਖਿਆ ਸੀ, ਸਤਿਗੁਰੂ ਮੇਰੀ ਜਾਣਕਾਰੀ ਤੋਂ ਬਾਅਦ ਸਾਰਾ ਕੁਛ ਹੋਇਆ, ਮਹਾਰਾਜ ਮੈਨੂੰ ਨਹੀਂ ਸੀ ਪਤਾ ਇਹ ਸਾਰਾ ਕੁਝ ਗੁਰੂ ਅਰਜਨ ਸਾਹਿਬ ਦੇ ਨਾਲ ਬੀਤਿਆ, ਆਹ ਤੁਹਾਡਾ ਦੋਸ਼ੀ ਤੁਹਾਡੇ ਸਾਹਮਣੇ ਖੜਾ ਸੱਜੇ ਪਾਤਸ਼ਾਹ, ਇਹ ਜੰਦੂ ਮੈਂ ਤੁਹਾਡੇ ਹਵਾਲੇ ਕਰਦਾ ਹੈ, ਜੋ ਤੁਸੀਂ ਚਾਹੋ ਇਹਨੂੰ ਸਜ਼ਾ ਦੇ ਸਕਦੇ ਹੋ। ਹੁਣ ਇੱਥੇ ਧਿਆਨ ਰੱਖਿਓ ਗੱਲ ਦਾ, ਇੱਕ ਸਾਰੇ ਜਾਣੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਨੂੰ ਚੰਦੂ ਸੌਂਪ ਦਿੱਤਾ ਗਿਆ ਤੇ ਨਾਲ ਚੰਦੂ ਦੇ ਘਰ ਬਣੀ ਬੀਬੀ ਤੇ ਚੰਦੂ ਦਾ ਲੜਕਾ, ਇਹ ਦੋਵੇਂ ਵੀ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਦੇ ਸਾਹਮਣੇ ਪੇਸ਼ ਕੀਤੇ ਤੇ ਬਾਦਸ਼ਾਹ ਕਹਿੰਦਾ ਸਾਰਾ ਪਰਿਵਾਰ ਤੁਹਾਨੂੰ ਦਿੱਤਾ, ਜਿਹੜੀ ਤੁਸੀਂ ਸਜ਼ਾ ਪਾਉਣੀ ਚਾਹੋ ਪਰਿਵਾਰ ਤੋਂ ਲਾ ਸਕਦੇ ਹੋ। ਤੇ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਦਾ ਬਿਰਧ ਵੇਖੋ ਕਿੰਨਾ ਵੱਡਾ ਹੈ, ਸੱਜੇ ਪਾਤਸ਼ਾਹ ਦਾ ਦਿਲ ਕਿੰਨਾ ਵੱਡਾ ਹੈ। ਸਤਿਗੁਰੂ ਕਹਿਣ ਲੱਗੇ, ਨਹੀਂ ਪਾਤਸ਼ਾਹ, ਕਸੂਰ ਜੰਦੂ ਨੇ ਕੀਤਾ ਹੈ ਤੇ ਸਜ਼ਾ ਵੀ ਜੰਦੂ ਭੋਗੇਗਾ, ਇਹਦੇ ਘਰ ਪਾਣੀ ਦਾ ਇਹਦੇ ਪੁੱਤਰ ਦਾ ਕੋਈ ਕਸੂਰ ਨਹੀਂ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ, ਜਿਹੜਾ ਕਰੇਗਾ ਉਹ ਵੀ ਭਰੇਗਾ, ਦੂਜੇ ਨੂੰ ਉਹਦੀ ਸਜ਼ਾ ਨਹੀਂ ਮਿਲੇਗੀ। ਅਸੀਂ ਇਹਨਾਂ ਨੂੰ ਨਾਲ ਨਹੀਂ ਲੈ ਕੇ ਜਾਣਾ। ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਮਨਾ ਕਰਦੇ ਚੰਦੂ ਨੂੰ ਨਾਲ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਾਪਸ ਆਉਂਦੇ ਨੇ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਵਾਪਸ ਆਉਂਦੇ ਨੇ, ਸਾਡਾ ਇਤਿਹਾਸ ਕਹਿੰਦਾ ਹੈ, ਕਈਆਂ ਨੇ ਇਹ ਲਿਖਿਆ ਹੈ ਵੀ ਜਿਸ ਦਿਨ ਮਹਾਰਾਜ ਰਿਹਾ ਹੋਏ ਉਸ ਦਿਨ ਸਿੱਖਾਂ ਨੇ ਦਿਵਾਲੀ ਆਰੰਭ ਕੀਤੀ, ਦਿਵਾਲੀ ਦੀਪ ਮਾਲਾ ਕੀਤੀ, ਤੇ ਕਈਆਂ ਨੇ ਇਹ ਲਿਖਿਆ ਹੈ ਵੀ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਰਿਹਾ ਹੋ ਕੇ ਉਸ ਦਿਨ ਸਿੱਖਾਂ ਨੇ ਸਤਿਗੁਰਾਂ ਦੀ ਆਉਣ ਪਾਉਣ ਦੀ ਖੁਸ਼ੀ ਵਿੱਚ ਦੀਪ ਮਾਲੀ। ਕਹੋ ਵਿਚਾਰ, ਫਿਰ ਮਹਾਰਾਜ ਨੂੰ ਸਿੱਖ ਪੁੱਛਦੇ ਨੇ ਸੱਜੇ ਪਾਤਸ਼ਾਹ ਹੁਣ ਇਹ ਜੰਦੂ ਦਾ ਕੀ ਕੀਤਾ ਜਾਵੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਨੇ ਜੋ ਸਕਤਾਂ ਚਾਹੁਣ ਇਹਨੂੰ ਸਜ਼ਾ ਦੇ ਸਕਦੀਆਂ ਨੇ, ਤੇ ਸਾਰਿਆਂ ਸਿੱਖਾਂ ਨੇ ਇਕੱਠੇ ਹੋ ਕੇ ਚੰਦੂ ਦੇ ਇਤਿਹਾਸ ਕਹਿੰਦਾ ਲੱਕ ਵਿੱਚ ਤਕੇੜ ਪਾ ਕੇ ਦਾ ਮੂੰਹ ਕਾੜਾ ਕਰਕੇ ਸੱਜੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਨੇ ਇਹਦੇ ਗਲ ਵਿੱਚ ਰੱਸਾ ਪਾ ਕੇ ਬੰਦਾ ਪਾ ਕੇ ਸਾਰੇ ਅੰਮ੍ਰਿਤਸਰ ਦੀਆਂ ਗਲੀਆਂ ਜੇ ਨੂੰ ਘੁਮਾਇਆ, ਫਿਰ ਲਾਹੌਰ ਲੈ
ਉਹ ਦਿੱਤੇ ਭੜਕੂਜੇ ਨੇ ਉਹੀ ਕੜਛਾ ਚੱਲੂ ਤੇ ਸੀਸ ਵਿੱਚ ਬੜੇ ਜ਼ੋਰ ਨਾਲ ਮਾਰਿਆ, ਇਹਨੇ ਜ਼ੋਰ ਨਾਲ ਮਾਰਿਆ ਵੀ ਚੱਲੂ ਪਹਿਲੇ ਮਿਰਚਾਂ ਖਾਂਦਾ ਅੱਧ ਹੋਇਆ ਹੋ ਚੁੱਕਿਆ ਸੀ, ਬੜੀ ਮਾੜੀ ਹਾਲਤ ਇਹਦੀ ਹੋ ਚੁੱਕੀ ਸੀ। ਬਸ ਉਹ ਕੜਛੇ ਦਾ ਵਾਰ ਨਹੀਂ ਸਹਿ ਹੋਇਆ, ਉਸੇ ਭੜਕੂਜੇ ਦੇ ਭੱਜ ਦੇ ਬਾਅਦ ਉਹਦੇ ਕੜਛੇ ਦੇ ਵਾਰ ਦੇ ਨਾਲ ਤੜਫ ਤੜਫ ਕੇ ਚੱਲੂ ਨੇ ਜਾਨ ਦੇ ਦਿੱਤੀ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਨੇ ਜਿਹੜਾ ਵਚਨ ਆਖਿਆ ਸੀ ਨਾ, ਅਸੀਂ ਆਪਣੇ ਸਤਿਗੁਰਾਂ ਦਾ ਬਦਲਾ ਲਵਾਂਗੇ, ਸਤਿਗੁਰਾਂ ਨੇ ਪੂਰਤ ਕਰਕੇ ਦਿਖਾਇਆ। ਖਾਲਸਾ ਜੀ ਕੀ ਖੱਟ ਕੇ ਗਿਆ ਚੰਦੂ ਜਹਾਨ ਦੇ ਵਿੱਚੋਂ, ਹੁਣ ਤੱਕ ਲਾਲਤਾਂ ਪੈਂਦੀਆਂ ਨੇ। ਜਿਹੜਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੀਹੇ ਦਿੱਤਾ ਨਹੀਂ ਨਾ ਤੱਕਦਾ ਸੀ, ਅੱਜ ਆਹ ਸਮਾਂ ਉਹਦੇ ਉੱਤੇ ਆ ਗਿਆ।
ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਜਾਂਦਾ ਪਾਉਣਾ, ਜਿਹੜੇ ਹੁਣ ਤੱਕ ਨਹੀਂ ਹੁੰਦੇ ਸਾਰੇ ਜਾਣੇ ਸ੍ਰੀ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਬੋਲ ਕੇ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗਰੀਬ ਮਾਲ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ, ਤੁਹਾਡਾ ਬਹਿ ਕੇ ਸੁਣਿਆ ਹੋਇਆ, ਸਾਡਾ ਬਹਿ ਕੇ ਸੁਣਾਇਆ ਹੋਇਆ ਦੇਖੇ ਵਿੱਚ ਪਾਉਣ, ਸਭ ਦੀ ਭਾਵਨਾ ਨੂੰ ਫੜ ਲਾਉਣ, ਬੇਅੰਤ ਭੁੱਲਾ ਚੁੱਕਾ ਦੇਖੇ ਮਾਂ ਸੁਖੀ ਪ੍ਰਤੋਪ ਸਹੇਲੇ ਨਾਥ ਹਰ Thank you.
ਸਾਹਿਬ ਤੇਰਾ ਸੁਭਾਅ ਹੈ ਗੁਰੂ।